ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿਨੇ ਹਰੀ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਨੇਡਾ ਜਾਣ ਵਾਲੇ ਸਾਰੇ ਸਵਾਲਾਂ ਦੇ ਨਾਲ ਜੋ ਸਾਨੂੰ ਸਟੂਡੈਂਟ ਭੇਜਦੇ ਨੇ ਰੋਜ਼ ਟੂ ਰੋਜ਼, ਔਰ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਰਵਿੰਦਰ ਚਲੋਤਰਾ ਜੀ। ਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਡਾ। ਰਵਿੰਦਰ ਜੀ ਨੂੰ ਮੈਨੂੰ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ, ਰਵਿੰਦਰ ਜੀ ਮੋਸਟ ਸੀਨੀਅਰ ਪਰਸਨ ਨੇ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਇੰਡਸਟਰੀ 'ਚ। ਅੱਜ ਰਵਿੰਦਰ ਜੀ ਕੋਲ ਜਾਣਾਂਗੇ ਕਨੇਡਾ ਜਾਣ ਵਾਲੇ ਬੱਚਿਆਂ ਦਾ ਅੱਜ ਕੀ ਪੁਜੀਸ਼ਨ ਹੈ, ਔਰ ਕਨੇਡਾ ਜਾਣ ਵਾਲਾ ਬੱਚਾ ਅੱਜ ਦੀ ਡੇਟ 'ਚ ਕਿਉਂ ਮਾਯੂਸ ਹੈ ਜੀ? ਅੱਜ ਦੀ ਡੇਟ 'ਚ ਅਗਰ ਆਪਾਂ ਕੈਨੇਡਾ ਨੂੰ ਲੈ ਕੇ ਚੱਲਦੇ ਹਾਂ ਤਾਂ ਅੱਜ ਦੀ ਡੇਟ 'ਚ ਆਏ ਦਿਨ ਸੁਣਨ 'ਚ ਆਉਂਦਾ ਕਿ ਬਹੁਤ ਰਿਫਿਊਜ਼ਲਾਂ ਹੋ ਗਈਆਂ। ਕਈ ਲੋਕ, ਅਸੀਂ ਜਦੋਂ ਫੇਸਬੁੱਕ ਲਾਈਵ ਵੀ ਹੁੰਦੇ ਹਾਂ ਤਾਂ ਲੋਕ ਕਹਿੰਦੇ ਤੁਸੀਂ ਰਿਫਿਊਜ਼ਲਾਂ ਦੇਖੋ ਆਪਣੀਆਂ। ਕਿਸੇ ਨੂੰ ਸਟੇਟਸ ਦੇ ਬਾਰੇ ਕਿਸੇ ਤੋਂ ਨਹੀਂ ਮਾਲੂਮ ਕਿ ਕੈਨੇਡਾ ਦੇ ਵਿੱਚ ਕਿਉਂ ਰਿਫਿਊਜ਼ ਹੋ ਰਹੀਆਂ, ਕੀ ਹੋ ਰਿਹਾ, ਕਿ ਕਿਹਦੇ ਕਿੰਨੇ ਵੀਜ਼ੇ ਰਿਫਿਊਜ਼ ਹੋਏ, ਇਹਦਾ ਕੋਈ ਡਾਟਾ ਇਸ਼ੂ ਨਹੀਂ ਕਰਦੀ ਕੈਨੇਡਾ ਵੀਜ਼ਾ, ਕੈਨੇਡਾ ਇਮੀਗ੍ਰੇਸ਼ਨ, ਠੀਕ ਹੈ। ਲੋਕ ਇੱਕ ਰੀਮਰ ਬਣਾਉਂਦੇ ਆ ਕਿ ਕਾਹਤੇ ਵੀਜ਼ਾ ਰਿਫਿਊਜ਼ ਹੁੰਦੇ ਪਏ ਆ, ਕਿਉਂ ਬਹੁਤ ਜ਼ਿਆਦਾ ਰਿਫਿਊਜ਼ਲ ਆ, ਉਹਦੇ ਉੱਤੇ ਆਪਾਂ ਡਿਸਕਸ ਕਰਾਂਗੇ। ਅੱਜ ਕੋਈ ਕੁਛ ਇੱਕ ਪੁਆਇੰਟਸ ਹੈਗੇ ਜਿਹੜੇ ਆਪਾਂ ਡਿਸਕਸ ਕਰਨ ਵਾਲੇ ਆ, ਬਹੁਤ ਅਹਿਮ ਮੁੱਦੇ ਆ ਕਿ ਬਹੁਤ ਵਧੀਆ ਪੜ੍ਹਾਈ ਕਰਨ ਤੋਂ ਬਾਅਦ ਵੀ, ਬਹੁਤ ਅੱਛੇ ਬੈਂਡ ਲੈਣ ਤੋਂ ਬਾਅਦ ਵੀ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੁੰਦੇ ਪਏ। ਵੀਜ਼ੇ ਦੇਖੋ ਅਲਟੀਮੇਟਲੀ ਜੇ ਆਪਾਂ ਕਹੀਏ ਦੁੱਖ ਸੁੱਖ ਹਰ ਕਿਸੇ ਚੀਜ਼, ਬਿਲਕੁਲ ਨੈਗੇਟਿਵ ਪੋਜ਼ਿਟਿਵ ਹਰ ਤਰ੍ਹਾਂ ਦਾ ਚੀਜ਼ ਆ, ਵੀਜ਼ੇ ਲੱਗਦੇ ਵੀ ਇਹ ਵੀਜ਼ੇ ਰਿਫਿਊਜ਼, ਵੀਜ਼ੇ ਰਿਫਿਊਜ਼। ਅੱਜ ਜ਼ਿਆਦਾਤਰ ਬੱਚਾ ਗੈਪ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੈ, ਬਿਲਕੁਲ ਜੀ, ਪੜ੍ਹਾਈ ਦੇ ਵਿੱਚ ਗੈਪ ਹੈ। ਬਿਲਕੁਲ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਕਨੇਡਾ ਜੀਵੇ, ਕਨੇਡਾ ਜਿਹਨੇ ਜਾਣਾ ਪੜ੍ਹਨ ਵਾਸਤੇ, ਗੈਪ ਦੀ ਕੀ ਉਹਦੇ 'ਚ ਭੂਮਿਕਾ ਵਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਗੈਪ ਦੇ ਵਿੱਚ ਉਹ ਇਹ ਚੀਜ਼ ਦੇਖਦੇ ਕਿ ਤੁਹਾਡਾ ਫਿਊਚਰ ਪ੍ਰੋਸਪੈਕਟਸ ਕੀ ਹੈ, ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਸੋਚਿਆ ਹੋਇਆ, ਅੱਗੇ ਕਰਨ ਦਾ ਕੀ ਸੋਚਿਆ ਹੋਇਆ, ਕਿ ਤੁਸੀਂ ਲਾਈਫ ਦੇ ਫਿਊਚਰ ਪਲਾਨ ਕੀ ਹੈ, ਤੁਸੀਂ ਜਿਹੜੀ ਪੜ੍ਹਾਈ ਕਰਨ ਚੱਲੇ ਹੋ ਉਹ ਕੋਰੀਲੇਟ ਕਰਦੀ ਹੈ ਕਿ ਨਹੀਂ ਕਰਦੀ, ਕੀ ਤੁਹਾਡੀ ਜਿਹੜੀ ਪੜ੍ਹਾਈ ਤੁਸੀਂ ਬਾਹਰ ਕਰਨ ਚੱਲੇ ਹੋ ਉਹ ਇੰਡੀਆ ਦੇ ਵਿੱਚ ਹੈਗੀ ਹੈ? ਅਗਰ ਇੰਡੀਆ ਦੇ ਵਿੱਚ ਹੈ ਤਾਂ ਬਾਹਰ ਕਾਹਤੇ ਅਪਲਾਈ ਕਰਦੇ ਪਏ ਹੋ? ਇਹ ਚੀਜ਼ਾਂ ਦੇ ਉੱਤੇ ਵੀ ਗੌਰ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ। ਸਾਡੀ ਪੜ੍ਹਾਈ ਜਿਹੜੀ ਹੈ ਯੂਨੀਕ, ਸਾਰੇ ਲੋਕ ਯੂਨੀਕ ਇਸ ਕੋਰਸਿਸ ਲੈ ਕੇ ਨਹੀਂ ਜਾਂਦੇ, ਸਾਰੇ ਲੋਕ ਅਲੱਗ ਤਰ੍ਹਾਂ ਦੀ ਪੜ੍ਹਾਈ ਕਰਨ ਨਹੀਂ ਜਾਂਦੇ, ਕਾਮਨ ਜੀ ਪੜ੍ਹਾਈ ਸਾਰੇ ਲੋਕ ਕਰਦੇ ਆ। ਆਪਾਂ ਸਿੰਪਲ ਸੁਣਦੇ ਆਰਟਸ, ਸਾਇੰਸ, ਕਾਮਰਸ, ਆਰਟਸ, ਸਾਇੰਸ, ਕਾਮਰਸ ਦੇ ਉੱਤੇ ਬਹੁਤ ਜ਼ਿਆਦਾ ਡਿਪਾਰਟਮੈਂਟ ਹੈ, ਬਹੁਤ ਜ਼ਿਆਦਾ ਤਰ੍ਹਾਂ ਦੀਆਂ ਪੜ੍ਹਾਈਆਂ ਹੈਗੀਆਂ, ਤਿੰਨੋਂ ਸਟ੍ਰੀਮ ਦੇ ਵਿੱਚ ਆਪਾਂ ਕਦੀ ਐਨਾਲਾਈਜ਼ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਟਾਈਮ ਥੋੜ੍ਹਾ ਹੁੰਦਾ, ਬਟ ਆਪਾਂ ਕੁਛ ਇੱਕ ਚੀਜ਼ਾਂ ਨੂੰ ਲੈ ਕੇ ਅੱਜ ਡਿਸਕਸ ਕਰਾਂਗੇ। ਮੋਰਓਵਰ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਅੱਜ ਪੰਜਾਬ ਦੇ ਵਿੱਚ ਬੱਚਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ, ਬੱਚੇ ਦੇ ਮਾਂ ਬਾਪ ਪੜ੍ਹੇ ਲਿਖੇ ਨਹੀਂ ਹੈ, ਪੇਂਡੂ ਪਿਛੋਕੜ ਦੇ ਕਾਰਨ, ਬਿਲਕੁਲ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ, ਪੜ੍ਹੇ ਹੋਏ ਘੱਟ ਆ, ਜਿਹਦੇ ਕਰਕੇ ਅਕਸਰ ਵਾਂਝੇ ਰਹਿ ਜਾਂਦੇ ਬਹੁਤ ਸਾਰੀਆਂ ਚੀਜ਼ਾਂ ਤੋਂ। ਬਿਲਕੁਲ, ਲੋਕਾਂ ਨੂੰ ਪਤਾ ਨਹੀਂ ਲੱਗਦਾ ਮੈਂ ਪਲੱਸ ਟੂ ਤੋਂ ਬਾਅਦ ਕੀ ਕਰਨਾ। ਅੱਜ ਜਦੋਂ ਗੈਪ ਪੈ ਜਾਂਦਾ ਪੜ੍ਹਾਈ ਦੇ ਵਿੱਚ, ਕਿਸੇ ਬੱਚੇ ਨੂੰ 6 ਮਹੀਨੇ ਹੋ ਗਏ ਪੜ੍ਹਾਈ ਛੱਡੀ ਨੂੰ, ਕਿਸੇ ਨੂੰ ਸਾਲ ਹੋ ਗਿਆ, ਕਿਸੇ ਨੂੰ 2 ਸਾਲ ਹੋ ਗਿਆ, ਬਿਲਕੁਲ ਜੀ, ਕੋਈ ਬੱਚਾ ਨੌਕਰੀ 'ਤੇ ਲੱਗ ਗਿਆ, ਨੌਕਰੀ ਨਹੀਂ ਤਾਂ ਕਾਮਯਾਬ ਹੋਇਆ, ਫਿਰ ਬਾਹਰ ਜਾਣ ਦਾ ਮੂਡ ਬਣਾ ਲਿਆ, ਕਿਸੇ ਕੋਲ ਪੈਸੇ ਨਹੀਂ ਸੀਗੇ, ਪੈਲੀ ਵਿਕ ਗਈ, ਫਿਰ ਮੂਡ ਬਣ ਗਿਆ। ਗੈਪ ਨੂੰ ਕਿਸ ਤਰੀਕੇ ਨਾਲ ਕੈਨੇਡੀਅਨ ਅੰਬੈਸੀ ਦੇਖਦੀ, ਕੀ ਗੈਪ ਵਾਲੇ ਬੱਚੇ ਦਾ ਵੀਜ਼ਾ ਲਿੱਤਾ ਜਾ ਸਕਦਾ? ਬਹੁਤ ਅੱਛੀ ਤਰ੍ਹਾਂ ਲਿੱਤਾ ਜਾ ਸਕਦਾ, ਅਸੀਂ ਲਿੱਤੇ ਵੀ ਹੈਗੇ ਗੈਪ ਦੇ ਵਿੱਚ ਵਿਦਾਊਟ ਐਨੀ ਐਵੀਡੈਂਸ ਦਿੱਤੇ। ਸਿਰਫ ਪ੍ਰੋਸਪੈਕਟ ਕਲੀਅਰ ਹੋਣਾ ਚਾਹੀਦਾ ਜਦੋਂ ਆਪਾਂ SOP ਬਣਾਉਂਦੇ ਹਾਂ, ਸਟੇਟਮੈਂਟ ਆਫ ਪਰਪਸ, ਮਤਲਬ ਆਪਾਂ ਬਾਹਰ ਕਿਸ ਵਾਸਤੇ ਚੱਲੇ ਹਾਂ। SOP ਨੂੰ ਐਲੈਬੋਰੇਟ ਕਰੋ, SOP ਦਾ ਮਤਲਬ ਕੀ, ਬੱਚੇ ਨੂੰ ਕੀ ਲਿਖ ਕੇ ਦੇਣਾ ਪੈਂਦਾ ਜੀ? ਦੇਖੋ, ਉਹਦੇ ਵਿੱਚ ਬੱਚਾ ਆਪਣਾ ਸਾਰਾ ਕੈਰੀਅਰ ਲਿਖਦਾ ਹੈ ਕਿ ਮੈਂ ਪਹਿਲਾਂ ਕੀ ਕੀਤਾ ਹੈ, ਔਰ ਅੱਜ ਮੈਂ ਕੀ ਕਰਨਾ ਚਾਹੁੰਦਾ, ਮੈਂ ਕਿੱਦਾਂ ਦੀ ਫੈਮਿਲੀ ਨੂੰ ਬਿਲੋਂਗ ਕਰਦਾ, ਔਰ ਮੇਰਾ ਫਿਊਚਰ ਪ੍ਰੋਸਪੈਕਟਸ ਕੀ ਹੈ, ਮੈਂ ਕੀ ਕਰਨਾ ਚਾਹੁੰਦਾ ਲਾਈਫ ਦੇ ਵਿੱਚ, ਕੀ ਕਰਨਾ ਚਾਹੁੰਦਾ, ਸਾਰੀਆਂ ਚੀਜ਼ਾਂ ਕੋਰੀਲੇਸ਼ਨਸ ਹੈ। ਔਰ ਕਿਤੇ ਨਾ ਕਿਤੇ ਅਗਰ ਉਹਦੇ ਵਿੱਚ ਮਿਸਮੈਚ ਹੁੰਦਾ ਹੈ, ਕਿਤੇ ਵੀ ਝੂਠ ਹੁੰਦਾ ਹੈ, ਜੇ ਤੁਸੀਂ ਜਿਹੜਾ ਵੀ SOP ਦੇ ਵਿੱਚ ਲਿਖਦੇ ਹੋ, ਅਗਰ ਕੋਈ ਇੱਦਾਂ ਦੀ ਚੀਜ਼ ਲਿਖ ਦਿੰਦੇ ਹੋ ਜਿਹਦਾ ਐਵੀਡੈਂਸ ਚਾਹੀਦਾ ਹੋਊਗਾ, ਅਗਰ ਉਹ ਐਵੀਡੈਂਸ ਪਰੂਫ ਨਹੀਂ ਹੁੰਦਾ, ਅਗਰ ਉਹ ਐਵੀਡੈਂਸ ਸਾਬਿਤ ਨਹੀਂ ਹੁੰਦਾ, ਜਾਂ ਉਸ ਐਵੀਡੈਂਸ ਨੂੰ ਅਗਰ ਆਪਾਂ ਕਲੈਰੀਫਾਈ ਕਰਦੇ ਹਾਂ ਤਾਂ ਵੈਰੀਫਾਈ ਕਰਦੇ ਹਾਂ, ਅਗਰ ਵੈਰੀਫਾਈਡ ਨਹੀਂ ਹੁੰਦਾ ਤਾਂ ਐਮਬੈਸੀ ਦੇ ਕੋਲ ਰਾਈਟ ਹੈ ਕਿ ਉਹ ਵੀਜ਼ਾ ਰਿਫਿਊਜ਼ ਕਰ। ਲੱਗਦਾ ਵੀਜ਼ਾ ਅਫਸਰ ਕੋਲ ਇੰਨਾ ਟਾਈਮ ਹੈ, ਸਾਰੀ SOP ਪੜ੍ਹਦੇ ਹੋਣਗੇ ਜੀ? ਸਰ ਦੇਖੋ, ਜਦੋਂ ਆਪਾਂ ਕੋਰਸ ਕੋਰੀਲੇਟ ਕਰਦੇ ਹਾਂ, ਕੋਰਸ ਰੈਲੇਵੈਂਸੀ ਚੈੱਕ ਕਰਦੇ ਹਾਂ, ਬੈਂਕ ਬੈਲੈਂਸ ਤੱਕ ਚੈੱਕ ਕਰਦੇ ਹਾਂ, ਇੱਕ ਵੀਜ਼ਾ ਆਫਿਸਰ ਕੋਲ ਹਰ ਤਰ੍ਹਾਂ ਦੀ ਰਾਈਟਸ ਹੈਗੇ ਕਿ ਇੱਕ ਸਟੂਡੈਂਟ ਦੇ ਹਰ ਚੀਜ਼ ਉਹ ਵੈਰੀਫਾਈ ਕਰ ਸਕਦਾ ਅੱਜ ਦੀ ਡੇਟ 'ਚ। ਉਹਦੇ ਕੋਲ ਰਾਈਟਸ ਹੈਗੇ ਕਿਉਂਕਿ ਉਹਨੇ ਇੱਕ ਵੀਜ਼ਾ ਦੇਣਾ, ਉਹਦੀ ਇੱਕ ਨੌਕਰੀ ਹੈਗੀ ਹੈ, ਠੀਕ ਹੈ, ਉਹਨੇ ਆਪਣੀ ਨੌਕਰੀ ਨੂੰ ਜਸਟੀਫਾਈ ਕਰਨਾ, ਉਹਨੂੰ ਸੈਲਰੀ ਦਿੱਤੀ ਜਾਂਦੀ ਹੈ ਉਸ ਕੰਮ ਦੀ, ਕਿ ਉਹਨੇ ਵੀਜ਼ਾ ਦੇਖ ਕੇ ਦੇਣਾ, ਸਾਰੇ ਕਾਗਜ਼ ਚੈੱਕ ਕਰਕੇ ਦੇਣੇ। ਅੱਜ ਆਪਾਂ ਪੰਜਾਬ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਲੋਕ ਜਿਹੜੇ ਆਪਾਂ ਮਤਲਬ ਪੰਜਾਬ ਦੇ ਵਿੱਚ ਐਗਰੀਕਲਚਰ ਨੂੰ ਬਿਲੋਂਗ ਕਰਦੇ, ਹੁਣ ਐਗਰੀਕਲਚਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੈ, ਐਗਰੀ ਬਿਜ਼ਨਸ ਕਹਿੰਦੇ। ਮੇਨ ਵੀ ਇਲੈਬੋਰੇਟ ਕਰੀਏ, ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰੀਏ। ਅਤੇ ਦਰਸ਼ਕੋ, ਜੇਕਰ ਤੁਸੀਂ ਅੱਜ ਕਨੇਡਾ ਜਾਣਾ ਚਾਹੁੰਦੇ ਹੋ, ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਹੈ, ਗੈਪ ਦੀ ਜਸਟੀਫਿਕੇਸ਼ਨ ਦੇਣੀ ਜ਼ਰੂਰੀ ਹੈ। ਜਿੱਦਾਂ ਰਵਿੰਦਰ ਜੀ ਨੇ ਸਾਨੂੰ ਦੱਸਿਆ ਕਿ ਸਟੇਟਮੈਂਟ ਆਫ ਪਰਪਸ, SOP ਜਦੋਂ ਬਣਦੀ ਹੈ, SOP ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਲਿਖ ਰਹੀਆਂ ਵਾ, ਤਾਂ SOP ਦੇ ਆਧਾਰ ਦੇ ਉੱਤੇ ਵੀਜ਼ਾ ਆਫਿਸਰ ਡਿਸੀਜਨ ਲੈਂਦਾ ਕਿ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੈ
ਬੈਚਲਰ ਹੋ ਗਈ, ਬੈਚਲਰ ਤੋਂ ਬਾਅਦ ਕੰਮ 'ਤੇ ਲੱਗ ਗਿਆ, ਬਿਲਕੁਲ, ਕੋਈ ਬੈਂਕ 'ਚ ਲੱਗ ਗਿਆ, ਕੋਈ ਇੰਸ਼ੋਰੈਂਸ ਕੰਪਨੀ 'ਚ ਲੱਗ ਗਿਆ, ਬਿਲਕੁਲ ਜੀ, ਕੋਈ ਕਾਰਪੈਂਟਰ ਬਣ ਗਿਆ, ਕੋਈ ਕਿਸੇ ਵੀ ਤਰ੍ਹਾਂ ਦੀ ਨੌਕਰੀ ਕਰਦਾ ਪਿਆ, ਕੋਈ ਪ੍ਰਾਈਵੇਟ ਕਰਦਾ ਪਿਆ, ਕੋਈ ਸਰਕਾਰੀ ਕਰਦਾ ਪਿਆ, ਕੋਈ ਲੀਗਲ ਕਰਦਾ, ਕੋਈ ਕਿਤੇ ਕੰਮ ਕਰਦਾ, ਨੌਕਰੀ ਪੇਸ਼ਾ ਬੱਚਾ ਬੰਦਾ ਜਾ ਸਕਦਾ ਜੀ ਕੈਨੇਡਾ? ਬਹੁਤ ਅੱਛੀ ਤਰ੍ਹਾਂ, ਬਹੁਤ ਚੰਗੀ ਤਰ੍ਹਾਂ ਸਾਡੇ ਕੋਲ ਕਈ ਸਟੂਡੈਂਟਸ ਇੱਦਾਂ ਦੇ ਗਏ ਵੀ ਹੈ। 2011 ਪਾਸ ਆਊਟ ਮੇਰੇ ਕੋਲ ਹਾਲੇ ਵੀ, ਮੈਂ ਬਾਰ ਬਾਰ ਹਰ ਵੀਡੀਓ 'ਚ ਇਹ ਚੀਜ਼ ਕਹਿਣਾ ਹੈ, 11 ਪਾਸ ਆਊਟ, 2011 ਪਾਸ ਆਊਟ ਦਾ ਵੀ ਵੀਜ਼ਾ, ਮਤਲਬ ਕਿ 2011 'ਚ ਪੜ੍ਹਾਈ ਛੱਡਤੀ, ਬਿਲਕੁਲ ਜੀ, ਤਾਂ ਵੀ ਕੈਨੇਡਾ ਦਾ ਵੀਜ਼ਾ, ਬਿਲਕੁਲ ਜੀ। ਉਹਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਸਿੰਪਲ ਇੱਕ ਨੌਕਰੀ ਕਰਦੇ ਪਏ ਆ, ਉਹਨਾਂ ਨੇ MSc ਕੀਤੀ ਸੀ, MSc IT ਕੀਤੀ ਸੀਗੀ, ਔਰ MSc IT ਕਰਨ ਤੋਂ ਬਾਅਦ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਕਲਰੀਕਲ ਦਾ ਜੋਬ ਕਰਦੇ ਪਏ ਸੀ। ਅਗਰ ਉਹ ਬੱਚਾ ਚਾਹੁੰਦਾ ਕਿ ਮੈਂ ਅੱਗੇ ਪੜ੍ਹਨਾ ਹੈ ਤਾਂ ਉਹਦੇ ਕੋਲ ਰਾਈਟਸ ਹੈਗੇ, ਅੱਜ ਹਿਊਮਨ ਰਾਈਟਸ ਆਪਾਂ ਕਹਿ ਸਕਦੇ ਕਿ ਹਰ ਬੰਦੇ ਨੂੰ ਤਰੱਕੀ ਕਰਨ ਦਾ, ਇਨਹਾਂਸ ਕਰਨ ਦੀ ਰਾਈਟਸ ਹੈਗੇ। ਤੁਸੀਂ 2011 ਦੇ ਹਿਸਾਬ ਨਾਲ ਕਹਿ ਰਹੇ ਹੋ ਕਿ ਅੱਜ ਜੇ ਬੰਦੇ ਨੂੰ 6 ਸਾਲ ਹੋ ਗਏ ਕਿਤੇ ਨੌਕਰੀ ਕਰਦੇ ਹਾਂ, ਬਿਲਕੁਲ, ਉਹ ਨੌਕਰੀ ਦੇ ਸਾਰੇ ਕਾਗਜ਼ ਪੱਤਰ ਦੇ ਕੇ ਉਹ ਕੈਨੇਡਾ ਪੜ੍ਹਨ ਵਾਸਤੇ ਜਾ, ਬਿਲਕੁਲ, ਬਟ ਅਸੀਂ ਉਹਦਾ ਕੋਈ ਵੀ ਐਵੀਡੈਂਸ ਨਹੀਂ ਲਾਇਆ, ਸਿਰਫ ਇੱਕ ਸਿੰਪਲ ਲਾਇਆ ਸੀਗਾ ਕਿ ਜੋਬ ਕਰਦੇ ਪਏ। ਮੇਨ ਅਸਲੀ ਜੇ ਬੰਦੇ ਕੋਲ ਪ੍ਰੂਫ ਹੋਊਗਾ ਤਾਂ ਤਾਂ ਹੀ ਉਹ ਗੱਲ ਕਰ ਸਕੂਗਾ ਨਾ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ SOP 'ਚ ਕਲੀਅਰ ਕਰਦੇ ਹੋ। ਅਤੇ ਦੋਸਤੋ, ਜੇਕਰ ਤੁਹਾਡਾ 5-7 ਸਾਲ ਦਾ ਗੈਪ ਹੈਗਾ ਵਾ, ਤੁਸੀਂ ਆਪਣੀ ਨੌਕਰੀ ਕਰਦੇ ਹੋ, ਤੁਸੀਂ ਨੌਕਰੀ ਦੇ ਬੇਸ ਦੇ ਉੱਤੇ ਆਪਣੀ SOP ਸਟਰੋਂਗ ਬਣਾ ਕੇ ਵੀ ਕੈਨੇਡਾ ਜਾ ਸਕਦੇ ਹੋ। ਜਿੱਦਾਂ ਰਵਿੰਦਰ ਜੀ ਨੇ ਐਡ ਕੀਤਾ ਕਿ 2011 ਦੇ ਵਿੱਚ ਸਟੂਡੈਂਟ ਨੇ MSc ਕੀਤੀ ਸੀ, MSc ਤੋਂ ਬਾਅਦ ਉਹਨੇ ਪੜ੍ਹਾਈ ਕੀਤੀ, ਪੜ੍ਹਾਈ ਤੋਂ ਬਾਅਦ ਉਹਨੇ ਜੋਬ ਕੀਤੀ, ਜੋਬ ਤੋਂ ਬਾਅਦ ਸਟੂਡੈਂਟ ਦਾ ਮੂਡ ਬਣਿਆ ਕੈਨੇਡਾ ਜਾਣ ਦਾ, ਅੱਜ 6 ਸਾਲ ਦੇ ਗੈਪ ਦੇ ਨਾਲ ਵੀ ਸਟੂਡੈਂਟ ਨੂੰ ਵੀਜ਼ਾ ਮਿਲ ਗਿਆ, ਬਿਲਕੁਲ ਜੀ। ਬਹੁਤ ਸਾਰੇ ਬੱਚੇ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਜਿਹਨਾਂ ਦਾ ਐਗਰੀਕਲਚਰ ਦਾ ਫਾਰਮਿੰਗ ਦਾ ਕੰਮ ਹੈ ਜੀ, ਕੋਈ ਖੇਤਾਂ 'ਚ ਕੰਮ ਕਰਦਾ ਵਾ, ਕੋਈ ਆੜਤ ਦੀ ਦੁਕਾਨ 'ਤੇ ਬੈਠਾ ਹੋਇਆ ਵਾ, ਕੋਈ ਮੰਡੀ ਦੇ ਵਿੱਚ ਜਾ ਰਿਹਾ ਵਾ ਰਾਸ਼ਨ ਲੈ ਕੇ, ਕੋਈ ਪੈਲੀ ਕਿਸੇ ਦੀ ਹਰ ਵਾਹੀ ਕਰਦਾ ਪਿਆ ਵਾ, ਕੋਈ ਠੇਕੇਦਾਰੀ ਕਰਦਾ, ਵਾਹੀ ਵਾਲਾ ਬੰਦਾ ਕਿੱਦਾਂ ਜਾ ਸਕਦਾ? ਦੇਖੋ, ਵਾਹੀ ਵਾਲਾ ਬੰਦਾ ਜਦੋਂ ਵੀ ਵਾਹੀ ਕਰਦਾ ਹੈ, ਕਿਤੇ ਵੀ ਖੇਤੀ ਕਰਦਾ, ਲੀਜ਼ 'ਤੇ ਲੈਂਦਾ ਜਾਂ ਆਪਣੀ ਜ਼ਮੀਨ ਬੰਨਦਾ, ਉਹਦੇ ਕੋਲ ਪੇਪਰ ਹੁੰਦੇ ਆ। ਜਦੋਂ ਵੀ ਆਪਾਂ ਕੋਈ ਬੰਦਾ ਕਿਸੇ ਨੂੰ ਲੀਜ਼ 'ਤੇ ਜ਼ਮੀਨ ਦਿੰਦਾ ਹੈ, ਖੇਤੀ ਕਰਨ ਦਿੰਦਾ, ਤਾਂ ਉਹਦਾ ਇੱਕ ਐਗਰੀਮੈਂਟ ਹੁੰਦਾ, ਮਿਊਚੁਅਲ ਐਗਰੀਮੈਂਟ ਜਿਹੜਾ, ਉਹ ਵੀ ਐਵੀਡੈਂਸ ਹੈ। ਜਦੋਂ ਆਪਾਂ ਸਮਾਨ ਜਿਹੜੀ ਫਸਲ ਹੈਗੇ ਉਹ ਵੇਚਦੇ ਹਾਂ ਬਾਜ਼ਾਰ ਮੰਡੀ 'ਚ ਲਿਜਾ ਕੇ, ਰੈਗੂਲੇਟ ਮਾਰਕੀਟ ਦੇ ਵਿੱਚ, ਗੌਰਮੈਂਟ ਮਾਰਕੀਟ ਦੇ ਵਿੱਚ ਵੇਚਦੇ ਹਾਂ, ਉੱਥੋਂ ਸਾਨੂੰ ਫਾਰਮ ਮਿਲਦੇ, ਜੇ ਫਾਰਮ ਮਿਲਦੇ ਆ, ਸਾਨੂੰ ਜਿਹੜੇ ਪੈਸੇ ਹੈ ਉਹ ਆਪਣੇ ਅਕਾਊਂਟ 'ਚ ਟ੍ਰਾਂਸਫਰ ਮਿਲਦੇ ਆ, ਚੈੱਕ ਰਾਹੀਂ ਪੈਸੇ ਮਿਲਦੇ ਆ। ਅੱਜ ਕੱਲ੍ਹ ਜੇ ਫਾਰਮ ਹੋ ਗਏ, ਜਮ੍ਹਾਂਬੰਦੀਆਂ ਹੋ ਗਈਆਂ, ਗਰਦੌਰੀਆਂ ਹੋ ਗਈਆਂ, ਇੱਦਾਂ ਦੇ ਕਾਗਜ਼ ਲਾ ਕੇ ਅਸੀਂ ਆਪਣੇ ਆਪ ਨੂੰ, ਬਿਲਕੁਲ, ਬਟ ਡੁਪਲੀਕੇਟ ਨਹੀਂ ਹੋਣਾ ਚਾਹੀਦਾ, ਉਹ ਓਰੀਜਨਲ ਹੋਣੇ ਚਾਹੀਦੇ। ਦੇਖੋ, ਦਰਸ਼ਕੋ, ਜੇਕਰ ਤੁਸੀਂ ਖੇਤੀਬਾੜੀ ਦੇ ਨਾਲ ਜੁੜੇ ਹੋ, ਤੁਸੀਂ ਕਿਸੇ ਕਿਸਾਨੀ ਦਾ ਕੰਮ ਕਰਦੇ ਹੋ, ਤੁਹਾਨੂੰ ਅੱਜ 5 ਸਾਲ ਹੋ ਗਏ ਖੇਤੀਬਾੜੀ ਦਾ ਕੰਮ ਕਰਦੇ ਆ, ਤੁਸੀਂ ਉਸ ਗੈਪ ਦੇ ਨਾਲ ਵੀ ਕੈਨੇਡਾ ਜਾ ਸਕਦੇ ਹੋ। ਕੀ ਚਾਹੀਦਾ ਵਾ? ਤੁਹਾਡੇ ਕੋਲ ਜਮ੍ਹਾਂਬੰਦੀਆਂ ਹੋਣੀਆਂ ਚਾਹੀਦੀਆਂ, ਗਰਦੌਰੀਆਂ ਹੋਣੀਆਂ ਚਾਹੀਦੀਆਂ, ਜੇ ਫਾਰਮ ਹੋਣੇ ਚਾਹੀਦੇ। ਜਿੱਦਾਂ ਰਵਿੰਦਰ ਜੀ ਦੱਸਿਆ, ਤੁਸੀਂ ਮੰਡੀ ਦੇ ਚਾੜਤੀ ਨੂੰ ਕਿਸੇ ਤਰ੍ਹਾਂ ਦੀ ਫਸਲ ਦਿੰਦੇ ਹੋ, ਉਹਦੀ ਕੋਈ ਰਸੀਦ ਲਾ ਸਕਦੇ ਹੋ, ਕੋਈ ਬੀਜ ਖਰੀਦਦੇ ਹੋ, ਖਾਦ ਖਰੀਦਦੇ ਹੋ, ਇੱਦਾਂ ਦੇ ਪਰੂਫ ਲਾ ਕੇ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਯੋਲੀ ਸ਼ੁਗਲੀ, ਕਾਕੇ ਦਾ ਵੀਜ਼ਾ ਅਪਲਾਈ ਕੀਤਾ ਵਿਨੇ ਹਰੀ ਦੇ ਚੰਡੀਗੜ੍ਹ ਆਫਿਸ ਤੋਂ। ਉਹ ਮੁੰਡੇ ਨੇ ਹੁਣ ਤੇਰੇ ਕੋਲ ਹੀ ਰਹਿਣਾ, ਤਿਆਰੀ ਕਰ ਲੈ। ਅੱਛਾ, ਕੋਈ ਗੱਲ ਨਹੀਂ, ਘੱਲ ਦਿਓ। ਅਰੇ ਹੂ ਇਸ ਕਮਿੰਗ ਯਾਰ, ਉਹ ਆਪਣੇ ਜੁਗਲੀ ਸ਼ੁਗਲੀ ਨਹੀਂ, ਉਹਨਾਂ ਮੁੰਡੇ ਦਾ ਵੀਜ਼ਾ ਅਪਲਾਈ ਕੀਤਾ। ਅਰੇ ਯਾਰ, ਯੋਰ ਹੋਲ ਫੈਮਿਲੀ ਇਜ਼ ਹੇਅਰ, ਸਾਰਾ ਪਿੰਡ ਤਾਂ ਇੱਥੇ ਹੈਗਾ। ਓਏ, ਉਹਨੂੰ ਕਿਹੜਾ ਵੀਜ਼ਾ ਲੱਗ ਚੱਲਿਆ? 3 ਸਾਲ ਦਾ ਤਾਂ ਗੈਪ ਏ, 50% ਉਹਦੇ ਨੰਬਰ ਏ, ਇਹ ਕੈਨੇਡਾ ਜਾ ਆਉਂਦਿਆ। Who did you apply it through? ਓਏ, ਆਪਣੇ ਵਿਨੇ ਹੈਰੀ ਕੋਲ। ਫੇਰ ਤਾਂ ਉਹਦਾ ਵੀਜ਼ਾ ਲੱਗਿਆ ਹੀ ਲੱਗਿਆ। ਤੈਨੂੰ ਕਹਿਣ ਦੀ ਕੀ ਲੋੜ ਸੀ ਕਿ ਵਿਨੇ ਹੈਰੀ ਕੋਲ ਅਪਲਾਈ ਕੀਤਾ? ਓ ਜਾ ਯਾਰ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74-75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181-5044-999। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਮਿੰਦਰ ਸਿੰਘ ਹੈ ਜੀ, ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਜੀ। ਮੈਂ ਅੱਜ ਮੇਰਾ ਵਿਨੇ ਹਰੀ ਸਰ ਜੀ ਨੇ ਵੀਜ਼ਾ ਲਗਵਾ ਦਿੱਤਾ ਹੈ, ਅਤੇ ਮੇਰੇ ਆਈਲੈਟਸ ਵਿੱਚ 6 ਬੈਂਡ ਆਏ ਆ ਜੀ, ਨੋਟ ਲੈੱਸ ਦੈਨ 5.5, ਅਤੇ ਮੈਂ ਆਪਣੀ 12th ਕਲਾਸ 2016 'ਚ ਪਾਸ ਆਊਟ ਕੀਤੀ ਹੈ 66% ਨੰਬਰਾਂ ਨਾਲ ਪੰਜਾਬ ਬੋਰਡ ਤੋਂ। ਸੋ ਮੈਂ ਬੜਾ ਖੁਸ਼ ਹਾਂ ਜੀ, ਅੱਜ ਸਰ ਨੇ ਮੇਰਾ ਵੀਜ਼ਾ ਲਗਵਾ ਦਿੱਤਾ ਹੈ। ਜੋ ਵੀ ਮੈਂ ਇਹਨਾਂ ਨੂੰ ਕਿਹਾ, ਉਹਨਾਂ ਨੇ ਮੇਰੀ ਸਾਰੀ ਕਮਿਟਮੈਂਟ ਪੂਰੀ ਕੀਤੀ ਹੈ ਜੀ। ਸੋ ਅੱਜ ਸਰ ਨੇ ਮੇਰਾ ਵੀਜ਼ਾ ਤੁਸੀਂ ਦੇ ਸਕਦੇ ਹੋ ਜੀ, 6 ਮਿੰਟ 'ਤੇ ਮੇਰਾ ਵੀਜ਼ਾ ਹੈ ਜਨਵਰੀ ਇਨਟੇਕ ਦਾ। ਸੋ ਇੱਕ ਗੱਲ ਇਹਨਾਂ ਨੂੰ ਬਹੁਤ ਚੰਗੀ ਲੱਗੀ ਜੀ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ। ਸੋ ਇੱਕ ਵਾਰੀ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ, ਇੱਕ ਵਾਰੀ ਇਹਨਾਂ ਕੋਲ ਜ਼ਰੂਰ ਆਓ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ। ਮੈਂ ਗੁਰਪ੍ਰੀਤ ਸਿੰਘ ਗਿੱਲ, ਪਿੰਡ ਜਸਪਾਲ ਵਾਂਗਰ, ਜ਼ਿਲ੍ਹਾ ਲੁਧਿਆਣੇ ਤੋਂ ਹਾਂ, ਅਤੇ ਇਹ ਮੇਰਾ ਕੈਨੇਡਾ ਦਾ ਵੀਜ਼ਾ ਹੈ ਜੋ ਕਿ ਆਲਮੋਸਟ 4 ਸਾਲ ਦਾ ਹੈ, ਅਤੇ ਇਹ ਵੀਜ਼ਾ ਮੈਨੂੰ 2 ਸਾਲ ਅਤੇ 2 ਰਫੀਸਲਾਂ ਤੋਂ ਬਾਅਦ ਮਿਲਿਆ ਹੈ, ਅਤੇ ਇਹ ਮੈਂ ਆਪਣੇ ਦੋਸਤ ਦੇ ਕਹਿਣ 'ਤੇ ਵਿਨੇ ਹਰੀ ਸਰ ਦੇ ਨਾਲ ਕੰਸਲਟ ਕੀਤਾ, ਅਤੇ ਉਹਨਾਂ ਨੇ ਮੈਨੂੰ ਅੱਗੇ ਗਾਈਡ ਕੀਤਾ ਕਿ ਮੈਨੂੰ ਕਿਵੇਂ ਕਰਨਾ ਚਾਹੀਦਾ ਵਾ। ਅਤੇ ਇਹਨਾਂ ਤੋਂ ਇਹਨਾਂ ਨੇ ਮੇਰੀ ਕੋਈ ਵੀ ਫੀਸ, ਕਿਸੇ ਤਰ੍ਹਾਂ ਦੀ ਵੀ ਕੋਈ ਅੰਬੈਸੀ ਫੀਸ ਜਾਂ ਕੰਸਲਟੈਂਟ ਫੀਸ ਪਹਿਲਾਂ ਨਹੀਂ ਲਿੱਤੀ, ਅਤੇ ਜੋ ਵੀ ਫੀਸ ਲਿੱਤੀ ਗਈ ਆ ਸਭ ਵੀਜ਼ਾ ਲੱਗਣ ਤੋਂ ਬਾਅਦ ਆ। ਅਤੇ ਮੇਰੇ ਜੋ ਵੀ ਦੋਸਤ ਮਿੱਤਰ ਜਾਂ ਵੀਰ ਭੈਣ ਹੈਗੇ ਆ,
ਕਿਉਂਕਿ ਮੇਰੇ ਵੀ ਪਲੱਸ ਟੂ ਦੇ ਵਿੱਚ ਮਾਰਕਸ ਕਾਫੀ ਘੱਟ ਸੀਗੇ ਤਾਂ ਮੇਰੀ ਉਹਨਾਂ ਨੂੰ ਇਹੀ ਰਿਕੁਐਸਟ ਆ ਕਿ ਉਹ ਇੱਕ ਵਾਰ ਇੱਥੇ ਆਉਣ ਅਤੇ ਆਪਣੀ ਫਾਈਲ ਬਾਰੇ ਇਹਨਾਂ ਨਾਲ ਕੰਸਲਟ ਕਰਨ। ਮੇਰਾ ਨਾਮ ਗੁਰਤੇਜ ਸਿੰਘ ਹੈ ਜੀ, ਅਸੀਂ ਰੈਕੋਡ ਏਰੀਆ ਤੋਂ ਬਿਲੋਂਗ ਕਰਦੇ ਹਾਂ। ਹਾਂਜੀ, ਮੇਰਾ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ ਜੋ ਕਿ ਤੁਸੀਂ ਦੇਖ ਸਕਦੇ ਹੋ। ਸਾਡੇ ਲਈ ਪਹਿਲਾਂ ਤਿੰਨ ਵਾਰ ਰਿਜੈਕਟ ਸੀਗਾ ਕੈਨੇਡਾ ਦਾ ਵੀਜ਼ਾ, ਰਿਫਿਊਜ਼ ਸੀਗਾ। ਅਤੇ ਅਸੀਂ ਜਦੋਂ ਫਿਰ ਏਂਜਲ ਸਿੰਘ ਇਮੀਗ੍ਰੇਸ਼ਨ ਵਾਲਿਆਂ ਨੂੰ ਮਿਲੇ ਅਤੇ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਗਾਈਡ ਕੀਤਾ, ਇਹਨਾਂ ਦੀ ਟੀਮ ਦੇ ਨਾਲ ਬਹੁਤ ਵਧੀਆ ਡੀਲ ਕੀਤਾ। ਸਾਨੂੰ ਕੋਈ ਬਹੁਤ ਗੇੜਾ ਲਾਉਣ ਦੀ ਵੀ ਇੱਥੇ ਵਾਰ ਵਾਰ ਆਉਣ ਦੀ ਵੀ ਲੋੜ ਨਹੀਂ ਪਈ, ਸਾਡਾ ਇਹਦੇ ਨਾਲ ਸਮਾਂ ਵੀ ਬਹੁਤ ਬਚਤ ਹੋਇਆ। ਅਤੇ ਅੱਜ ਤਿੰਨ ਵਾਰ ਰਿਜੈਕਟ ਹੋਣ ਤੋਂ ਬਾਅਦ ਮੈਨੂੰ ਮੇਰਾ ਵੀਜ਼ਾ ਮਿਲ ਗਿਆ, ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਇਸ ਕਰਕੇ ਜੀ ਵਿਨੇ ਹਰੀ ਸਾਹਿਬ ਦਾ ਅਤੇ ਏਂਜਲ ਸਿੰਘ ਇਮੀਗ੍ਰੇਸ਼ਨ ਵਾਲਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਮੇਰਾ ਸੁਪਨਾ ਸਾਕਾਰ ਕਰ ਦਿੱਤਾ ਹੈ। ਮਾਈ ਨੇਮ ਇਜ਼ ਹਰਮਨਦੀਪ ਕੌਰ, ਆਈ ਐਮ ਫਰੋਮ ਕੋਟਕਪੂਰਾ। After BSc non-medical, my 6th band overall I and minimum 5.5, but my graduation with 52% marks on karke koi bhi agent meri file nahi si farda paya, isliye sanu Vinay Hari sir da pata laga te sir ne sanu 100% chance ditte vi tuhadi file lag jayegi and sari fees sadi visa lagan to baad litti unhan ne, so main sir di service to bahut zyada khush haan, so I'm very thankful to Vinay Hari sir ਮੇਰੀ ਵੀਜ਼ਾ 19 ਡੇਜ਼ ਦੇ ਵਿੱਚ ਲਗਾਉਣ ਲਈ ਐਂਡ ਮੇਰੀ ਕਲਾਸਿਸ 25 ਸਪਟੈਂਬਰ ਤੋਂ ਸਟਾਰਟ ਨੇ, ਸੋ ਵੈਰੀ ਥੈਂਕਫੁਲ ਟੂ ਸਰ। ਡਾਕਟਰ ਸਾਹਿਬ ਕੀ ਪਰੇਸ਼ਾਨੀ ਪਾਪਾ ਜੀ ਨੂੰ? ਦੋ ਥਾਂ ਪੈਸੇ ਫਸਾ ਬੈਠੇ ਹਾਂ, ਮੇਰਾ ਵੀਜ਼ਾ ਨਹੀਂ ਲੱਗਣ ਡਿਆ। ਫਿਰ ਤਾਂ ਪਾਪਾ ਜੀ ਦਾ ਇੱਕੋ ਹੀ ਇਲਾਜ ਹੈ, ਤੇਰਾ ਵੀਜ਼ਾ ਜਲਦੀ ਜਲਦੀ ਲੱਗੇ। ਜਲਦੀ ਉਹ ਕਿਵੇਂ? ਵਿਨੇ ਹਰੀ ਕੋਲ ਜਾਓ, ਸਹੀ ਤਰੀਕੇ ਨਾਲ ਸਟੱਡੀ ਵੀਜ਼ਾ ਲਵਾਓ। ਇਸ ਹਾਲ ਵਿੱਚ ਪਾਪਾ ਜੀ ਪੈਸੇ ਕਿੱਥੋਂ ਦੇਣਗੇ? ਵਿਨੇ ਹਰੀ ਜੀ ਪੈਸੇ ਲੈਂਦੇ ਹੀ ਵੀਜ਼ਾ ਲੱਗਣ ਤੋਂ ਬਾਅਦ ਨੇ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74 ਤੇ 75 ਸੈਕਟਰ 17D ਚੰਡੀਗੜ੍ਹ। ਕੰਟੈਕਟ 0181-5044-999। ਸਤਿ ਸ਼੍ਰੀ ਅਕਾਲ ਫਰੈਂਡਸ, ਮੇਰਾ ਨਾਮ ਹਰਪਾਲ ਸਿੰਘ ਆ ਅਤੇ ਮੈਂ ਪਿੰਡ ਹਸਨਪੁਰ ਜ਼ਿਲ੍ਹਾ ਕੁਰਸ਼ੇਤਰ ਤੋਂ ਬਿਲੋਂਗ ਕਰਦਾ ਅਤੇ ਮੈਂ ਵਿਨੇ ਹਰੀ ਸਰ ਤੋਂ ਫਾਈਲ ਲਗਵਾਈ ਆ। ਮੇਰੀ ਪਲੱਸ ਟੂ 2013 ਦੀ ਪਾਸ ਆਊਟ ਆ। ਮੇਰੀ ਪਰਸੈਂਟੇਜ 82.5 ਆ ਅਤੇ ਮੇਰੇ 7 ਬੈਂਡ ਸੀ, ਬਟ ਮੇਰਾ 4 ਸਾਲ ਦਾ ਗੈਪ ਸੀ, ਸੋ ਮੈਂ ਇਹਨਾਂ ਕੋਲੋਂ ਫਾਈਲ ਲਗਵਾਈ ਆ ਅਤੇ ਹੁਣ ਮੇਰਾ ਵੀਜ਼ਾ ਆ ਚੁੱਕਿਆ। ਮੈਂ ਵਿਨੇ ਹਰੀ ਸਰ ਅਤੇ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਥੈਂਕਸ ਕਰਦਾ। ਅਤੇ ਜਿਵੇਂ ਇਹ ਕਹਿੰਦੇ ਹੁੰਦੇ ਆ ਕਿ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ, ਉਵੇਂ ਹੋਇਆ, ਇਹਨਾਂ ਨੇ ਮੇਰੇ ਤੋਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਏ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਅਮਰਿੰਦਰਜੀਤ ਸਿੰਘ, ਮੈਂ ਬਟਾਲਾ ਸ਼ਹਿਰ ਦਾ ਹਾਂ। ਮੈਂ ਪਲੱਸ ਟੂ ਤੋਂ ਬਾਅਦ ਆਇਲਸ ਕੀਤੀ ਸੀ, ਮੇਰੇ 6 ਬੈਂਡ ਸੀ, ਉਸ ਤੋਂ ਬਾਅਦ ਮੈਂ ਆਸਟ੍ਰੇਲੀਆ ਦੀ ਫਾਈਲ ਲਾਈ, ਉਹਦੇ 'ਚ ਮੇਰੀ ਰਿਫਿਊਜ਼ਲ ਆ ਗਈ। ਆਸਟ੍ਰੇਲੀਆ ਦੀ ਰਿਫਿਊਜ਼ਲ ਆਉਣ ਤੋਂ ਬਾਅਦ ਮੇਰਾ 1.5 ਲੱਖ ਖਰਾਬ ਵੀ ਹੋਇਆ, ਪਰ ਫਿਰ ਮੈਨੂੰ TV ਐਡਵਰਟਾਈਜ਼ਮੈਂਟ ਤੋਂ ਏਂਜਲ ਇਮੀਗ੍ਰੇਸ਼ਨ ਬਾਰੇ ਪਤਾ ਚੱਲਿਆ। ਫਿਰ ਮੈਂ ਇੱਥੇ ਆ ਕੇ ਫਾਈਲ ਲਾਈ ਅਤੇ ਫਾਈਲ ਲੱਗਣ ਤੋਂ 20 ਦਿਨ ਬਾਅਦ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ। ਤਾਂ ਅੱਜ ਕੈਨੇਡਾ ਦਾ ਵੀਜ਼ਾ ਮੇਰੇ ਹੱਥ ਵਿੱਚ ਹੈ ਅਤੇ ਜਿਵੇਂ ਕਿ ਵਿਨੇ ਹਰੀ ਸਰ ਕਹਿੰਦੇ ਹਨ ਕਿ ਕੈਨੇਡਾ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਉਵੇਂ ਹੀ ਉਹਨਾਂ ਨੇ ਸਾਰੇ ਪੈਸੇ ਮੇਰੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਹਨ ਅਤੇ ਮੈਂ ਥੈਂਕਸ ਕਰਦਾ ਹਾਂ ਏਂਜਲ ਇਮੀਗ੍ਰੇਸ਼ਨ ਐਂਡ ਵਿਨੇ ਹਰੀ ਸਰ ਦਾ। ਮੇਰਾ ਨਾਮ ਕਰਨਜੀਤ ਸਿੰਘ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਮੇਰਾ 1-2 ਦਿਨ ਪਹਿਲਾਂ ਕੈਨੇਡਾ ਦਾ ਵੀਜ਼ਾ ਆਇਆ, ਉਹ ਵੀ ਦੋ ਰਿਫਿਊਜ਼ਲਸ ਤੋਂ ਬਾਅਦ। ਤਾਂ ਮੈਂ ਆਪਣੇ ਸਾਰੇ ਫਰੈਂਡਸ ਨੂੰ ਸੁਜੈਸਟ ਕਰਦਾ ਕਿ ਤੁਸੀਂ ਵਿਨੇ ਹਰੀ ਆਫਿਸ ਆਓ ਅਤੇ ਆਪਣਾ ਕੇਸ ਡਿਸਕਸ ਕਰੋ। ਜਿਵੇਂ ਮੇਰਾ ਵੀਜ਼ਾ ਆਇਆ ਤਾਂ ਉਵੇਂ ਹੋ ਸਕਦਾ ਹੈ, ਤੁਹਾਡਾ ਲੱਕ ਤੁਹਾਡੇ ਨਾਲ ਹੋਵੇ ਤਾਂ ਤੁਹਾਡਾ ਵੀਜ਼ਾ ਵੀ ਆ ਸਕਦਾ ਹੈ। ਤਾਂ ਮੈਂ ਜਿਹੜੇ ਵੀ ਫਰੈਂਡਸ ਮੇਰੇ ਵੀਡੀਓ ਦੇਖ ਰਹੇ ਹਾਂ ਤਾਂ ਉਹ ਜ਼ਰੂਰ ਵਿਨੇ ਹਰੀ ਆਫਿਸ ਵਿਜ਼ਿਟ ਕਰਨ ਅਤੇ ਆਪਣਾ ਕੇਸ ਡਿਸਕਸ ਕਰਨ। ਜਿਵੇਂ ਸਰ ਕਹਿੰਦੇ ਹਾਂ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ, ਤਾਂ ਇਹਨਾਂ ਨੇ ਮੇਰੇ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਹਾਂ। ਮੈਂ ਥੈਂਕਸ ਕਰਦਾ ਅਮਨ ਸਰ ਅਤੇ ਅਲਕਾ ਮੈਮ ਦਾ, ਜਿਨ੍ਹਾਂ ਨੇ ਮੇਰੀ ਪੂਰੀ ਹੈਲਪ ਕੀਤੀ ਅਤੇ ਜਿਨ੍ਹਾਂ ਦੀ ਹੈਲਪ ਨਾਲ ਮੇਰਾ ਵੀਜ਼ਾ ਮੈਨੂੰ ਹਾਸਿਲ ਹੋਇਆ। ਥੈਂਕਸ। ਹੈਲੋ, ਮੇਰਾ ਨਾਮ ਕੁਲਵਿੰਦਰ ਕੌਰ, ਮੈਂ 2015 ਵਿੱਚ ਪਲੱਸ ਟੂ ਪਾਸ, ਆਫਟਰ ਦੈਟ ਮੈਂ ਆਇਲਸ ਕੀਤੀ, ਆਇਲਸ ਵਿੱਚ ਮੇਰੇ 6 ਬੈਂਡ ਨੇ ਐਂਡ ਆਫਟਰ ਦੈਟ ਮੈਂ ਕੈਨੇਡਾ ਲਈ ਅਪਲਾਈ ਕੀਤਾ, ਬਟ ਮੇਰਾ ਰਿਫਿਊਜ਼ਲ ਹੋਇਆ। 4 ਟਾਈਮ ਮੈਂ ਰਿਫਿਊਜ਼ਲ ਫਰੋਮ ਕੈਨੇਡਾ ਤੋਂ ਐਂਡ ਮੈਂ ਰਿਫਿਊਜ਼ਲ 4 ਰਿਫਿਊਜ਼ਲ ਤੋਂ ਬਾਅਦ ਵੀ ਬਹੁਤ ਸਾਰੇ ਕੰਸਲਟੈਂਟ ਨਾ ਮਿਲੀ, ਬਟ ਮੇਰਾ 2 ਸਾਲ ਦਾ ਗੈਪ ਵੀ ਹੋ ਚੁੱਕਾ ਸੀ, ਇਸ ਲਈ ਹਰ ਕੰਸਲਟੈਂਟ ਮੈਨੂੰ ਰਿਜੈਕਟ ਕਰ ਰਿਹਾ ਸੀ ਕੈਨੇਡਾ ਵੀਜ਼ੇ ਲਈ। ਐਂਡ ਦੈਨ ਮੈਂ ਵਿਨੇ ਸਰ ਦੀ ਟੀਵੀ ਸ਼ੋਜ਼ ਦੇਖੇ ਸੀ ਐਂਡ ਉਹਨਾਂ ਦੀਆਂ ਐਡਸ ਵੀ ਦੇਖੀਆਂ ਸੀ, ਜਿਨ੍ਹਾਂ ਤੋਂ ਮੈਂ ਬਹੁਤ ਇੰਸਪਾਇਰ ਹੋਈ, ਕਿਉਂਕਿ ਉਹ ਕਹਿੰਦੇ ਸੀ ਕਿ ਉਹ ਵੀਜ਼ੇ ਦੀ ਗਰੰਟੀ ਲੈਂਦੇ ਨੇ ਅਤੇ ਵੈਸੇ ਵੀ ਸਾਰੇ ਪੈਸੇ ਵੀ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ। ਫਿਰ ਮੈਂ ਉਹਨਾਂ ਦੀ ਆਫਿਸ ਵਿਜ਼ਿਟ ਕੀਤਾ ਅਤੇ ਵਿਨੇ ਸਰ ਨੂੰ ਮਿਲੀ ਅਤੇ ਮੈਨੂੰ ਉਹਨਾਂ ਨੂੰ ਮਿਲ ਕੇ ਬਹੁਤ ਅੱਛਾ ਲੱਗਾ, ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈਣਗੇ।
ਅਤੇ ਉਹਨਾਂ ਨੇ ਮੇਰੇ ਤੋਂ ਵੀਜ਼ੇ ਦੀ ਪ੍ਰੋਸੈਸਿੰਗ 6 ਮੰਥ ਲਏ ਸੀ, ਬਟ ਮੈਂ ਉਹਨਾਂ ਨੂੰ ਕੰਸਲਟ ਕਰਨ ਤੋਂ ਬਾਅਦ 1 ਮੰਥ ਦੇ ਵਿੱਚ ਮੈਨੂੰ ਮੇਰਾ ਵੀਜ਼ਾ ਮਿਲ ਗਿਆ। ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ, ਜਿੱਥੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣਗੇ, ਵੈਸੇ ਉਹਨਾਂ ਨੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲਏ। ਅਤੇ ਅੱਜ ਮੈਂ ਬਹੁਤ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਮੇਰਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਬਿਕੋਜ਼ ਆਫ ਏਂਜਲਸ ਇਮੀਗ੍ਰੇਸ਼ਨ। ਆਈ ਵੈਰੀ ਥੈਂਕਫੁਲ ਟੂ ਏਂਜਲਸ ਇਮੀਗ੍ਰੇਸ਼ਨ। ਆਫਟਰ ਰਿਫਿਊਜ਼ਲਸ ਤੋਂ ਬਾਅਦ ਵੀ ਮੇਰਾ ਵੀਜ਼ਾ ਲੱਗ ਗਿਆ ਜਸਟ ਬਿਕੋਜ਼ ਆਫ ਏਂਜਲਸ ਇਮੀਗ੍ਰੇਸ਼ਨ। ਥੈਂਕ ਯੂ ਸੋ ਮਚ ਏਂਜਲਸ ਇਮੀਗ੍ਰੇਸ਼ਨ। ਵਿਨੇ ਹਰੀ ਦੇ ਜਾਣਾ ਕਿੰਨੇ ਪੈਸੇ? ਬੈਠੋ ਸਰਦਾਰ ਜੀ, ਉਹ ਫਟਾਫਟ ਲੈ ਚਲੋ। ਸਰਦਾਰ ਜੀ ਮੈਨੂੰ ਇੱਕ ਗੱਲ ਦੱਸੋ, ਸਕੂਲ ਕਾਲਜ ਦਾ ਹਰ ਬੱਚਾ ਵਿਨੇ ਹੈਰੀ ਕੋ ਜਾਣਾ, ਵਿਨੇ ਹੈਰੀ ਕੋ ਜਾਣਾ, ਇਹ ਵਿਨੇ ਹੈਰੀ ਕੀ ਸ਼ੈ? ਵਿਨੇ ਹੈਰੀ ਬੱਚਿਆਂ ਦਾ ਸਟੱਡੀ ਵੀਜ਼ਾ ਲਵਾਉਂਦੇ ਨੇ। ਬੱਚੇ ਸਾਡੇ ਪਹੁੰਚ ਗਏ ਉੱਥੇ। ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ? ਵੀਜ਼ਾ ਲੱਗਣ ਤੋਂ ਬਾਅਦ ਲੈਂਦਾ? ਓਏ ਓਏ ਓਏ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73 74 75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181 50 44 999। ਯਾਰ ਤੈਨੂੰ ਕੀ ਲੋੜ ਪਈ ਸੀ ਇਹ ਕਹਿਣ ਦੀ? ਵਿਨੇ ਹਰੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ। ਓ ਜਾ ਯਾਰ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਮਨਦੀਪ ਸਿੰਘ, ਮੇਰਾ ਪਿੰਡ ਭੈਣੀ, ਅਤੇ ਮੇਰੇ ਡੈਡੀ ਜੀ ਦਾ ਨਾਮ ਭੋਲਾ ਸਿੰਘ ਅਤੇ ਮੇਰੀ ਮਾਤਾ ਦਾ ਨਾਮ ਪਰਮਜੀਤ ਕੌਰ। ਅਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਅੱਜ ਤੋਂ 2-3 ਸਾਲ ਪਹਿਲਾਂ ਮੈਂ ਪਲੱਸ 2 ਕਰੀ ਸੀ, ਅਤੇ ਪਲੱਸ 2 ਤੋਂ ਬਾਅਦ ਮੈਂ ਐਲਸ ਕੀਤੀ, ਅਤੇ ਫਿਰ ਇੱਕ ਵਾਰੀ ਮੈਂ ਪਿਛਲੀ ਜਨਵਰੀ ਦਾ ਇਨਟੇਕ ਲਾਇਆ ਅਤੇ ਮੇਰੀ ਰਿਫਿਊਜ਼ਲ ਆ ਗਈ, ਅਤੇ ਬੜਾ ਦੁੱਖ ਹੋਇਆ ਦੋਸਤੋ। ਅਤੇ ਉਸ ਤੋਂ ਬਾਅਦ ਮੈਨੂੰ ਮੇਰੇ ਦੋਸਤ ਨੇ ਰੈਫਰ ਕੀਤਾ ਇੱਥੇ ਬਾਰੇ, ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ। ਅੱਜ ਉਹ ਜਿਹੜੇ ਸਾਰੇ ਦੁੱਖ ਸੀ ਉਹ ਦੂਰ ਹੋ ਚੁੱਕੇ ਨੇ, ਹੈ ਨਾ। ਅਤੇ ਮੈਂ ਇਹੋ ਗੱਲ ਕਹੂੰਗਾ ਵੀ ਇੱਕ ਵਾਰੀ ਸਲਾਹ ਲਓ ਜ਼ਰੂਰ। ਚੰਗੀਆਂ ਚੀਜ਼ਾਂ ਆਪਾਂ ਨੂੰ ਰੱਬ ਦਵਾਉਂਦਾ ਹੈ, ਪਰ ਉਹਦੇ ਰਾਹ ਅਲੱਗ ਅਲੱਗ ਹੁੰਦੇ ਨੇ, ਰਾਹ ਆਪਾਂ ਨੂੰ ਲੱਭਣੇ ਪੈਂਦੇ ਨੇ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸੱਚੇ ਰੱਬ ਦਾ ਜਿਹਨੇ ਅੱਜ ਮੈਨੂੰ ਇਹ ਦਿਨ ਵਿਖਾਇਆ, ਅਤੇ ਫਿਰ ਮੇਰੇ ਮਾਤਾ ਪਿਤਾ ਦਾ ਜਿਹਨੇ ਮੈਨੂੰ ਪਾਲਿਆ ਪੜੋਸਿਆ ਅੱਜ ਕੈਨੇਡਾ ਜੋਗਾ ਕਰਿਆ, ਅਤੇ ਉਸ ਤੋਂ ਬਾਅਦ ਧੰਨਵਾਦ ਵਿਨੇ ਹੈਰੀ ਜੀ ਦਾ ਅਤੇ ਉਸਦੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਮੇਰੇ ਲੜ ਫੜਿਆ ਅਤੇ ਮੈਨੂੰ ਅੱਜ ਕੈਨੇਡਾ ਜੋਗਾ ਕੀਤਾ, ਮੈਨੂੰ ਰਾਹ ਵਿਖਾਇਆ ਉੱਥੇ ਜਾਣ ਦਾ। ਮੈਂ ਲਾਸਟ 'ਚ ਇਹੀ ਕਹਿਣਾ ਚਾਹੁੰਦਾ ਦੋਸਤੋ, ਇੱਕ ਵਾਰੀ ਚੰਗੀ ਸਲਾਹ ਬਹੁਤ ਜ਼ਰੂਰੀ ਹੁੰਦੀ ਆ, ਇੱਕ ਛੋਟੀ ਜਿਹੀ ਸਲਾਹ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਆ। ਤੁਸੀਂ ਜ਼ਰੂਰ ਉਹ ਸਲਾਹ ਲੈਣ ਲਈ ਇੱਥੇ ਵਿਜ਼ਿਟ ਕਰੋ, ਅਤੇ ਮੈਂ ਇਹੀ ਚਾਹੂੰਗਾ ਕੋਈ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਂਦਾ, ਪੈਸੇ ਸਭ ਆਪਣੇ ਪਾਸਪੋਰਟ ਹੱਥ 'ਚ ਆਉਣ ਤੋਂ ਬਾਅਦ 'ਚ ਹੀ ਲਏ ਜਾਂਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਿੰਦਰ ਸਿੰਘ ਜੀ, ਕਪੂਰਥਲਾ ਸ਼ਹਿਰ ਤੋਂ ਨੇੜੇ ਪਿੰਡ ਬੁਲਪੁਰ ਵਿਖੇ ਦਾ ਰਹਿਣ ਵਾਲਾ ਵਾਂ। ਮੇਰਾ ਅੱਜ ਨਿਊਜ਼ੀਲੈਂਡ ਦਾ ਸਪਾਊਸ ਵੀਜ਼ਾ ਲੱਗ ਚੁੱਕਿਆ ਜੀ ਏਂਜਲ ਇਮੀਗ੍ਰੇਸ਼ਨ ਦੇ ਥਰੂ, ਅਤੇ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਜੀ। ਮੈਨੂੰ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਦਾ ਜੋ ਪ੍ਰੋਸੀਜਰ ਬਹੁਤ ਹੀ ਵਧੀਆ ਲੱਗਾ। ਔਰ ਵੱਡੀ ਗੱਲ ਇਹ ਆ, ਇਹਨਾਂ ਨੇ ਮੇਰੇ ਕੋਲੋਂ ਸਾਰੇ ਪੈਸੇ ਮੇਰੇ ਵੀਜ਼ਾ ਲੱਗਣ ਤੋਂ ਬਾਅਦ ਲਏ ਆ। ਮੇਰੀ ਵਾਈਫ ਜੋ ਕਿ ਅੱਜ ਤੋਂ 3 ਮਹੀਨੇ ਪਹਿਲਾਂ ਨਿਊਜ਼ੀਲੈਂਡ ਜਾ ਚੁੱਕੀ ਸੀ ਜੀ, ਉਹਦੇ ਵੀ ਪੈਸੇ ਜੋ ਸੀ ਜੋ ਪ੍ਰੋਸੈਸ ਸੀ ਸੀਗਾ ਜੀ, ਉਹ ਵੀ ਸਾਰੇ ਹੁਣ ਵੀਜ਼ਾ ਲੱਗਣ ਤੋਂ ਬਾਅਦ ਹੀ ਇਹਨਾਂ ਨੇ ਮੇਰੇ ਕੋਲੋਂ ਪੈਸੇ ਲਏ ਆ ਜੀ। ਮੈਂ ਇਹਨਾਂ ਦੀ ਟੀਮ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਜੀ। ਔਰ ਮੈਂ ਪਹਿਲਾਂ ਇੱਕ ਕੰਸਲਟੈਂਟ ਕੋਲੋਂ ਅਪਲਾਈ ਕੀਤਾ ਸੀਗਾ ਜੀ, ਜਿਹਦੇ ਵਿੱਚ ਮੇਰੇ 3 ਮਹੀਨੇ ਟਾਈਮ ਵੀ ਖਰਾਬ ਹੋ ਗਿਆ ਔਰ ਮੇਰਾ 1.5 ਲੱਖ ਰੁਪਏ ਦਾ ਨੁਕਸਾਨ ਵੀ ਹੋ ਗਿਆ ਜੀ। ਉਸ ਤੋਂ ਬਾਅਦ ਫਿਰ ਮੈਂ ਵਿਨੇ ਹਰੀ ਜੀ ਕੋ ਆਇਆ, ਇਹਨਾਂ ਨੇ ਮੈਨੂੰ ਉਮੀਦ ਦਿੱਤੀ ਵੀ ਮੈਂ ਹੀ ਤੁਹਾਡਾ ਸਾਰਾ ਵੀਜ਼ਾ ਵੀ ਲਗਾ ਦਾਂਗੇ ਔਰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲਵਾਂਗੇ। ਉਹ ਅੱਜ ਮੈਂ ਇਹਨਾਂ ਦਾ ਦਿਲੋਂ ਥੈਂਕਸ ਕਰਦਾ ਜੀ। ਹੈਲੋ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਿੰਦਰਜੀਤ ਸਿੰਘ ਆ ਅਤੇ ਮੈਂ ਜਲੰਧਰ ਕਰਤਾਰਪੁਰ ਤੋਂ ਬਿਲੋਂਗ ਕਰਦਾ। ਮੈਂ ਪਲੱਸ 2 ਕਮਰਸ ਦੇ ਵਿੱਚ ਕੀਤੀ ਸੀ ਅਤੇ BCOM ਮੈਂ ਆਪਣੀ ਗ੍ਰੈਜੂਏਸ਼ਨ BCOM ਪ੍ਰੋਫੈਸ਼ਨਲ ਕੀਤੀ, ਅਤੇ ਮੇਰੀ ਪਰਸੈਂਟੇਜ ਥੋੜ੍ਹੀ ਘੱਟ ਸੀਗੀ ਅਤੇ ਕੋਈ ਏਜੰਟ ਮੇਰੀ ਫਾਈਲ ਨਹੀਂ ਫੜਦਾ ਸੀਗਾ। ਅਤੇ ਮੈਂ 3-4 ਤੋਂ ਗਿਆ, ਜਲੰਧਰ ਕਾਫੀ ਪਤਾ ਕੀਤਾ, ਚੰਡੀਗੜ੍ਹ ਵੀ 2-3 ਤੋਂ ਪਤਾ ਕੀਤਾ, ਪਰ ਥੋੜ੍ਹਾ ਮਤਲਬ ਡਾਊਟ ਹੀ ਦੱਸਦੇ ਸੀਗੇ ਵੀ 50% ਆ ਜਾਂ 70% ਆ। ਬੈਂਡ ਮੇਰੇ ਓਵਰਆਲ ਉੱਦਾਂ 6 ਸੀਗੇ, ਨੋਟ ਲੈਸ ਦੈਨ 5.5। ਅਤੇ ਫਿਰ ਔਨਲਾਈਨ ਜਿੱਦਾਂ ਵਾਹਵਾ ਦੇਖਿਆ ਸੀਗਾ ਸਰ ਦਾ ਵੀ ਪ੍ਰਮੋਸ਼ਨ ਵਾਧੂ ਹੁੰਦੀ ਆ, ਅਤੇ ਲਾਈਵ ਵੀ ਸਰ 'ਤੇ ਦੇਖੇ ਸੀਗੇ ਗੱਲਾਂ, ਮਤਲਬ ਕਾਫੀ ਵਧੀਆ ਲੱਗਦੀਆਂ ਸੀ ਇਹਨਾਂ ਦੀਆਂ ਸੁਣ ਕੇ, ਸਾਰਾ ਮਤਲਬ ਕਲੀਅਰ ਦੱਸ ਦਿੰਦੇ ਜੋ ਹੈਗਾ, ਕੋਈ ਹਿਡਨ ਚੀਜ਼ ਨਹੀਂ ਦੱਸਦੇ ਹੈਗੇ, ਮਤਲਬ ਕੋਈ ਲੁਕਾਅ ਕੁਛ ਨਹੀਂ ਰੱਖਦੇ। ਵਿਨੇ ਸਰ ਦੇ ਲਾਈਵ ਵਾਧੂ ਦੇਖੇ ਸੀ ਅਤੇ ਫਿਰ ਇੱਥੇ ਵਿਜ਼ਿਟ ਕੀਤਾ, ਇਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਗੱਲ ਆ। ਅਤੇ ਮੇਰਾ ਜਿੱਦਾਂ ਅਪਲਾਈ ਮੈਂ ਕੀਤਾ, ਔਫਰ ਲੈਟਰ ਨੂੰ ਥੋੜ੍ਹਾ ਟਾਈਮ ਲੱਗਾ ਮੇਰੇ ਹਿਸਾਬ ਨਾਲ 1.5 ਮਹੀਨੇ ਦਾ, ਪਰ ਵੀਜ਼ਾ ਮੇਰਾ 21-22 ਦਿਨਾਂ ਦੇ ਵਿੱਚ ਆ ਗਿਆ ਸੀਗਾ। ਅਤੇ ਪਰ ਮੈਨੂੰ ਟੈਨਸ਼ਨ ਸੀਗੀ, ਮੇਰੀ ਆਇਲਸ ਵੀ ਐਕਸਪਾਇਰ ਹੋਣ ਵਾਲੀ ਸੀਗੀ, ਅਤੇ ਪਰ 1 ਮਹੀਨਾ ਪਹਿਲਾਂ ਮੇਰਾ ਵੀਜ਼ਾ ਆ ਗਿਆ, ਉਹ ਟੈਨਸ਼ਨ ਮੈਨੂੰ ਆਈ ਸੀ ਵੀ ਆਇਲਸ ਐਕਸਪਾਇਰ ਹੋ ਗਈ, ਫਿਰ ਆਇਲਸ ਕਰਨੀ ਪੈਣੀ ਆ, ਅਤੇ ਪਰ ਵੀਜ਼ਾ ਆ ਗਿਆ। ਬਾਕੀ ਜੋ ਹੈਗਾ ਜਦੋਂ ਫਾਈਲ ਅਪਲਾਈ ਕਰੀ ਦੀ ਹੈ ਸਾਰਾ ਕੁਛ ਕਲੀਅਰ ਦੱਸਦੇ ਆ, ਜੋ ਚਾਰਜਿਸ ਹੈਗੇ ਆ ਵੀ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਣੇ ਆ ਇਹਨਾਂ ਨੇ।
ਤੇ ਕੋਈ ਲਕਾ ਲਕੂ ਰੱਖਣ ਦੀ ਲੋੜ ਨਹੀਂ ਬੰਦੇ ਕਹਿ ਦਿੰਦੇ ਆ ਵੀ ਬਾਹਰ ਸੁਣਿਆ ਵੀ ਉਹ ਇੰਨੇ ਪੈਸੇ ਲੈਂਦੇ ਜਾਂ ਇੰਨੇ ਪੈਸੇ ਪਰ ਠੀਕ ਆ ਜੋ ਤੁਹਾਨੂੰ ਪਹਿਲਾਂ ਦੱਸਣ ਦੇ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੈਣਾ ਤੁਸੀਂ ਅਪਲਾਈ ਕਰਨਾ ਕਿ ਨਹੀਂ ਕਰਨਾ ਤੁਹਾਡੇ ਕੋਲ ਪੈਸੇ ਹੈਗੇ ਆ ਤੁਸੀਂ ਲਾਉਣੇ ਆਪਣੇ 'ਤੇ ਅਤੇ ਇਹ ਮੇਰਾ ਕੈਨੇਡਾ ਦਾ ਵੀਜ਼ਾ ਆ ਅਤੇ ਮੈਂ ਵਿਨੇ ਹੈਰੀ ਸਰ ਨੂੰ ਬਹੁਤ ਬਹੁਤ ਥੈਂਕਸ ਕਰਦਾ ਹਾਂ ਮੇਰਾ ਵੀਜ਼ਾ ਕਰਵਾਉਣ ਲਈ ਅਤੇ ਮੈਡਮ ਦੋ ਮੈਡਮ ਨਾਂ ਲੈਣਾ ਚਾਹੂੰਗਾ ਇੱਕ ਪੂਨਮ ਮੈਮ ਅਤੇ ਅਲਕਾ ਮੈਮ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਵੀਜ਼ਾ ਲਿਆਉਣ 'ਚ ਮੇਰਾ ਨਾਮ ਮਨਜੀਤ ਪਾਲ ਹੈ ਮੈਂ ਜਲੰਧਰ ਦਾ ਹੀ ਰਹਿਣ ਵਾਲਾ ਹਾਂ ਅਤੇ ਮੈਂ ਸਿਕਸ ਬੈਂਡ ਆਈਲੈਟਸ ਦੇ ਵਿੱਚੋਂ ਲਏ ਸੀਗੇ ਅਤੇ ਉਸ ਤੋਂ ਬਾਅਦ ਮੈਂ ਵਿਨੇ ਸਰ ਦੀ ਐਡ ਦੇਖੀ ਏਂਜਲਸ ਇਮੀਗ੍ਰੇਸ਼ਨ ਦੀ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਤਾਂ ਫਿਰ ਮੈਂ ਇਹਨਾਂ ਤੋਂ ਇੱਕ ਵਾਰੀ ਆਣ ਕੇ ਕੰਸਲਟ ਕੀਤਾ ਅਤੇ ਇਹਨਾਂ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਗਾਈਡ ਕੀਤਾ ਰਿਗਾਰਡਿੰਗ ਕੈਨੇਡੀਅਨ ਵੀਜ਼ਾ ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਫਾਈਲ ਇਹਨਾਂ ਦੇ ਕੋਲੋਂ ਲਗਵਾਈ ਅਤੇ ਜਿਸ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਸਟਾਫ ਦੇ ਨਾਲ ਕਾਰਪੋਰੇਟ ਕੀਤਾ ਮੇਰੇ ਨਾਲ ਔਰ ਜਿਹੜਾ ਆਖਿਰਕਾਰ ਫਿਰ ਐਂਡ 'ਤੇ ਐਟ ਐਂਡ ਮੈਨੂੰ ਵੀਜ਼ਾ ਗ੍ਰਾਂਟ ਹੋ ਗਿਆ ਅਤੇ ਐਟ ਦਾ ਐਂਡ ਮੈਨੂੰ ਵੀਜ਼ਾ ਕੈਨੇਡਾ ਦਾ ਵੀਜ਼ਾ ਗ੍ਰਾਂਟ ਹੋ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਫੀਸ ਦੀ ਸੀ ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂ 'ਚ ਦੱਸਿਆ ਸੀ ਕਿ ਜਿਹੜੀ ਫੀਸ ਹੈ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਤਾਂ ਜਿਹੜੀ ਸਾਰੀ ਫੀਸ ਹੈ ਉਹ ਫਿਰ ਮੈਂ ਵੀਜ਼ਾ ਲੱਗਣ ਤੋਂ ਬਾਅਦ ਹੀ ਸਰ ਨੂੰ ਦਿੱਤੀ ਐਂਡ ਮੈਂ ਵਿਨੇ ਹਰੀ ਸਰ ਦਾ ਅਤੇ ਏਂਜਲਸ ਇਮੀਗ੍ਰੇਸ਼ਨ ਦਾ ਅਤੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਜੀ ਤੁਹਾਡਾ ਫੰਕਸ਼ਨ ਕੀ ਭੰਗੜਾ ਕਿਉਂ ਪਾਉਣ ਡਿਓ ਯਾਰ ਮੁੰਡੇ ਦਾ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਤਾਂ ਨਹੀਂ ਉਹ ਵਿਨੇ ਹਰੀ ਨੇ ਕਿਹਾ ਹੋਇਆ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਉਹਦੇ ਕਰਕੇ ਭੰਗੜਾ ਪਾਉਂਦੇ ਪਏ ਹਾਂ ਵਿਨੇ ਹਰੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਉਹ ਭੰਗੜਾ ਪਾਓ ਫਿਰ ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74 ਤੇ 75 ਸੈਕਟਰ 17D ਚੰਡੀਗੜ੍ਹ ਕੰਟੈਕਟ 0181-5044-999 ਤੇ ਰਵਿੰਦਰ ਜੀ ਹੁਣ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਬੱਚੇ ਜਿਹੜੇ ਫੇਲ ਹੋ ਜਾਂਦੇ ਆ ਜਿਹਦਾ ਫੇਲ ਹੋ ਗਿਆ ਜਿਹਦੀ ਸਫਲੀ ਸੀ ਜਿਹਦੇ ਬੈਕਲੌਗਸ ਬਹੁਤ ਜ਼ਿਆਦਾ ਸੀਗੀਆਂ ਉਹਦਾ ਇੱਕ ਰੀਜ਼ਨ ਹੋ ਸਕਦਾ ਜਾ ਦੇਖੋ ਸਰ ਇੱਕ ਹਰ ਸਟੂਡੈਂਟ ਨੂੰ ਆਪਾਂ ਇੱਕੋ ਤਰੀਕੇ ਨਾਲ ਨਹੀਂ ਤੋਲ ਸਕਦੇ ਹਰ ਤਰੀਕੇ ਹਰ ਸਟੂਡੈਂਟ ਨੂੰ ਇੱਕ ਵਾਰ ਨਹੀਂ ਦੇਖੋ ਉਸ ਤਰੀਕੇ ਨਾਲ ਨਹੀਂ ਦੇਖ ਸਕਦੇ ਕਈ ਵਾਰ ਬੱਚਾ ਕਿਉਂ ਤਾਂ ਜੈਨੂਅਨ ਰੀਜ਼ਨ ਹੁੰਦਾ ਕਿ ਉਹਨੂੰ ਬੁਖਾਰ ਹੋ ਗਿਆ ਕੋਈ ਇੱਦਾਂ ਦੀ ਚੀਜ਼ ਹੋ ਗਈ ਕਿ ਉਹ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਕਰ ਪਾਇਆ ਪੜ੍ਹਾਈ ਕੰਟੀਨਿਊ ਨਹੀਂ ਕਰ ਪਾਇਆ ਕਾਲਜ ਦੇ ਵਿੱਚ ਐਗਜ਼ਾਮ ਅਟੈਂਪਟ ਨਹੀਂ ਕਰ ਪਾਇਆ ਇਸ ਤਰ੍ਹਾਂ ਦੇ ਕਈ ਰੀਜ਼ਨਸ ਹੁੰਦੇ ਆ ਅਗਰ ਰੀਜ਼ਨਸ ਇੱਦਾਂ ਦੇ ਹੈਗੇ ਤਾਂ ਕਦੀ ਵੀ ਇੱਦਾਂ ਦਾ ਕੋਈ ਚਾਂਸ ਅਗਰ ਲਾਈਫ ਦੇ ਵਿੱਚ ਆਉਂਦਾ ਤਾਂ ਉਹਦੀ ਐਵੀਡੈਂਸ ਹੋਣੇ ਬਹੁਤ ਜ਼ਰੂਰੀ ਹੈ ਮੋਰਓਵਰ ਮੈਂ ਕਈ ਕੇਸਾਂ 'ਚ ਦੇਖਿਆ ਸਾਡਾ ਬੱਚਾ ਨਲਾਇਕ ਸੀਗਾ ਬਿਲਕੁਲ ਜਾਂ ਬੱਚਾ ਸੀਰੀਅਸ ਨਹੀਂ ਸੀਗਾ ਬੱਚਾ 12ਵੀਂ ਤੱਕ ਬੜੇ ਵਧੀਆ ਨੰਬਰ ਸੀਗੇ ਜਦੋਂ ਡਿਪਲੋਮੇ ਦੀ ਵਾਰੀ ਆਈ ਡਿਗਰੀ ਦੀ ਵਾਰੀ ਆਈ ਜਿੱਦਾਂ ਆਪਾਂ ਕਹਿੰਦੇ ਨਾ ਹਵਾ ਲੱਗ ਜਾਂਦੀ ਬੱਚਿਆਂ ਨੂੰ ਹੁੰਦਾ ਕਿ ਅਕਸਰ ਜਦੋਂ ਬੰਦਾ 12ਵੀਂ ਤੱਕ ਹੁੰਦਾ ਪਿੰਡ ਵਾਲੇ ਸਕੂਲ 'ਚ ਹੁੰਦਾ ਬਿਲਕੁਲ ਜਿੱਦਾਂ ਹੀ ਕਾਲਜ ਜਾਂਦਾ ਕਈ ਤਰ੍ਹਾਂ ਦੇ ਲੋਕ ਮਿਲਦੇ ਬੱਚੇ ਵਿਗੜ ਜਾਂਦੇ ਮੈਨੇਜ ਪ੍ਰੋਡਕਟ ਆਫ ਹੈਰੀਡਿਟੀ ਹੁਣ ਅੱਜ 5 ਸਾਲ ਹੋ ਗਏ ਬੱਚੇ ਨੂੰ ਖੱਜਲ ਹੁੰਦੇ ਆ 5 ਸਾਲਾਂ ਬਾਅਦ ਬੱਚੇ ਨੂੰ ਰਿਲਾਈਜ਼ ਹੋ ਰਿਹਾ ਕਿ ਮੈਂ ਤਾਂ ਗਲਤੀ ਕਰ ਲਈ ਪਲੱਸ 2 'ਚ ਨੰਬਰ ਵਧੀਆ ਸੀਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਬੇਸ ਦੇ ਉੱਤੇ ਵੀ ਤਾਂ ਵੀਜ਼ਾ ਲਿੱਤਾ ਜਾ ਸਕਦਾ ਇੱਕ ਵਾਰ ਇੱਕ ਵੀਜ਼ਾ ਇੱਦਾਂ ਦਾ ਲੱਗਾ ਹੋਇਆ ਨਿਊਜ਼ੀਲੈਂਡ ਦਾ ਕੇਸ ਮੈਨੂੰ ਯਾਦ ਹੈ ਗੱਲ ਇਹ ਵੀ ਕਿ ਬੱਚੇ ਨੇ ਲਿਖਿਆ ਸੀ SOP ਦੇ ਵਿੱਚ ਕਿ ਮੈਂ ਅਵਾਰਾ ਹੋ ਗਿਆ ਸੀ ਜੀ ਮੈਂ ਘਰ ਤੋਂ ਬਾਹਰ ਰਹਿਣ ਲੱਗ ਪਿਆ ਸੀਗਾ ਗਲਤ ਸੰਗਤ ਹੋ ਗਈ ਸੀਗੀ ਅੱਜ ਮੈਨੂੰ ਰੀਅਲਾਈਜ਼ ਹੋ ਰਿਹਾ ਕਿ ਮੈਂ ਆਪਣੇ ਪੇਰੈਂਟਸ ਨੂੰ ਤੰਗ ਕੀਤਾ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਨੁਕਸਾਨ ਕੀਤਾ ਵੀਜ਼ਾ ਆਫਿਸਰ ਨੇ ਵੀਜ਼ਾ ਦਿੱਤਾ ਇਹ ਕੋਈ ਬਣਾਈ ਹੋਈ ਗੱਲ ਨਹੀਂ ਜਾਂ ਮੈਂ ਕੋਈ ਇੱਦਾਂ ਦੀ ਗੱਲ ਨਹੀਂ ਕਹਿ ਰਿਹਾ ਇੱਕ ਕੋਈ ਮਿਰੇਕਲ ਹੈਗਾ ਮਿਰੇਕਲ ਨਹੀਂ ਹੈ ਵੀਜ਼ਾ ਆਫਿਸਰ ਨੂੰ ਸਮਝ ਆਉਣਾ ਚਾਹੀਦਾ ਕਿ ਬੱਚਾ ਕਿਉਂ ਪੜ੍ਹਨਾ ਚਾਹੁੰਦਾ ਆਪਣੀ ਬੈਟਰਮੈਂਟ ਵਾਸਤੇ ਸੋ ਲਾਈਫ ਬੈਟਰਮੈਂਟ ਕੋਈ ਵੀ ਬੰਦਾ ਆਪਣੇ ਆਪ ਕੋਈ ਵੀ ਬੰਦਾ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ ਦੁਬਾਰਾ ਪੜ੍ਹ ਸਕਦਾ ਵਾ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਅੱਜ ਦਾ ਇਹ ਸ਼ੋਅ ਡੈਡੀਕੇਟਿਡ ਹੈ ਅੱਜ ਸਾਡੀ ਸਾਡੀ ਡਿਸਕਸ਼ਨ ਹੈ ਕਿ ਜਿਹਨਾਂ ਦੀ ਪੜ੍ਹਾਈ ਦੇ ਵਿੱਚ ਗੈਪ ਹੈ ਉਹ ਕਿੱਦਾਂ ਕੈਨੇਡਾ ਜਾ ਸਕਦੇ ਨੇ ਅਤੇ ਜਦੋਂ ਗੈਪ ਦੀ ਗੱਲ ਕਰਦੇ ਹਾਂ ਦਰਵਿੰਦਰ ਨੇ ਦੱਸਿਆ ਕਿ ਜਿਹੜੇ ਬੱਚੇ ਫੇਲ ਵੀ ਹੋ ਗਏ ਬਿਲਕੁਲ ਜੀ ਜਿਹੜੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਸਪਲੀ ਸੀ ਬੈਕਲੌਗ ਸੀਗੀ ਉਹ ਵੀ ਬੱਚਾ ਅੱਜ ਕੈਨੇਡਾ ਜਾ ਸਕਦਾ ਬਿਲਕੁਲ ਜੀ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈਗੀ ਉਹਨੂੰ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਸਾਰ ਹਰ ਬੰਦਾ ਪੜ੍ਹ ਸਕਦਾ ਹੋ ਸਕਦਾ ਕਿ ਅੱਜ ਮੈਨੂੰ ਫਿਜਿਕਸ ਨਹੀਂ ਅੱਛੀ ਲੱਗਦੀ ਮੈਨੂੰ ਮੈਥ ਅੱਛਾ ਲੱਗਦਾ ਮੈਨੂੰ ਮੈਥ ਅੱਛਾ ਨਹੀਂ ਲੱਗਦਾ ਮੈਨੂੰ ਕੈਮਿਸਟਰੀ ਅੱਛੀ ਲੱਗਦੀ ਹਰ ਬੰਦੇ ਦੀ ਇੱਕ ਚੋਇਸ ਹੁੰਦੀ ਹੈ ਆਪਾਂ ਉਹ ਚੋਇਸ ਨੂੰ ਅੱਗੇ ਲੈ ਕੇ ਆਉਣਾ ਕਿ ਮੇਰੀ ਚੋਇਸ ਕੀ ਹੈ ਮੈਂ ਲਾਈਫ 'ਚ ਕਰਨਾ ਕੀ ਚਾਹੁੰਦਾ ਇੱਕ ਹੋਰ ਚੀਜ਼ ਦੇਖੀ ਹੈ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਅਕਸਰ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਨਾ ਬੱਚਿਆਂ ਦਾ ਮਾਂ ਟਾਸਕ ਹੁੰਦਾ ਕਿਸੇ ਤਰੀਕੇ ਸਾਨੂੰ ਗੌਰਮੈਂਟ ਜੋਬ ਮਿਲ ਬਿਲਕੁਲ ਬੱਚਾ 5-5, 10-10 ਸਾਲ ਨਾ ਵਾਰ-ਵਾਰ ਐਂਟਰੈਂਸ ਐਗਜ਼ਾਮ ਕਈ ਦੇ ਜਾਂਦਾ ਕੋਈ ਬੈਂਕ ਦੇ ਪੇਪਰ ਦੇ ਰਿਹਾ ਕੋਈ IPS ਦੀ ਤਿਆਰੀ ਕਰ ਰਿਹਾ ਕੋਈ PCS ਦੀ ਕਰ ਰਿਹਾ ਅਗੇਨ 5 ਸਾਲ ਦਾ ਗੈਪ ਪੈ ਗਿਆ ਬਿਲਕੁਲ ਕੀ ਉਹ ਵੀ ਬੱਚਾ ਕੈਨੇਡਾ ਜਾ ਸਕਦਾ ਬਿਲਕੁਲ ਉਹ ਵੀ ਜਾ ਸਕਦਾ ਕਿਉਂਕਿ ਅਗਰ ਬੰਦੇ ਨੂੰ ਜਿਹੜਾ 5 ਸਾਲ ਉਹਨੇ ਤਿਆਰੀ ਕੀਤੀ ਹੈ ਉਹਦੇ ਵਿੱਚ ਵੀ ਉਹਦੀ ਸਕਿੱਲਡ ਹੈ
ਕਿਉਂਕਿ ਉਹਨੇ ਤਿਆਰੀ ਕੀਤੀ। ਸਾਡੇ ਸਾਡੀ ਇੰਡੀਆ ਦੀ ਗੌਰਮੈਂਟ ਦਾ ਰੂਲ ਹੀ ਇੱਦਾਂ ਦਾ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਜੋਬ ਨਹੀਂ ਦੇ ਸਕਦੇ, ਤਾਂ ਸਾਰੇ ਲੋਕ ਗੌਰਮੈਂਟ ਦੇ ਵਿੱਚ। ਜਦੋਂ ਕੰਪੀਟੀਸ਼ਨ ਦੇ ਦੌਰ ਦੀ ਗੱਲ ਕਰਦੇ ਹਾਂ, ਬੱਚਾ ਖੇਡਾਂ ਦੇ ਵਿੱਚ ਪੈ ਗਿਆ, ਬਿਲਕੁਲ ਬੱਚਾ ਗੇਮ ਕਰਨ ਲੱਗ ਪਿਆ। 5 ਸਾਲ ਬੱਚੇ ਨੇ ਗੇਮ ਦੇ ਵਿੱਚ ਲਾਤੇ, ਅਲਟੀਮੇਟਲੀ ਕੁਛ ਨਹੀਂ ਬਣਿਆ ਬੱਚੇ ਦਾ। ਕਿ ਜਿਹੜਾ ਬੱਚੇ ਨੇ ਗੇਮ ਦੇ ਵਿੱਚ 5 ਸਾਲ ਲਾਤੇ, ਉਹ ਵੀ ਬੱਚਾ ਕੈਨੇਡਾ ਜਾ ਸਕਦਾ? ਕੋਈ ਵੀ ਇੱਦਾਂ ਦਾ ਐਵੀਡੈਂਸ ਜਿਹੜਾ ਤੁਹਾਡੇ ਹੁਨਰ ਨੂੰ ਦਿਖਲਾਉਂਦਾ ਹੋਵੇ, ਤੁਹਾਡੇ ਹੁਨਰ ਨੂੰ ਝਲਕਾਉਂਦਾ ਹੋਵੇ, ਜਿਹਦੇ ਵਿੱਚ ਐਵੀਡੈਂਸ ਹੁੰਦਾ ਹੋਵੇ ਕਿ ਤੁਸੀਂ ਆਹ ਗੇਮ ਕੀਤੀ ਹੈ, ਬਾਕਸਿੰਗ ਕੀਤੀ ਹੈ, ਕਬੱਡੀ ਕੀਤੀ ਹੈ, ਕੁਸ਼ਤੀ ਕੀਤੀ ਹੈ, ਕ੍ਰਿਕਟ ਖੇਲੀ ਆ, ਕੁਛ ਵੀ ਖੇਲਿਆ, ਹਰ ਚੀਜ਼ ਦਾ ਤੁਹਾਡੇ ਕੋਲ ਪਰੂਫ ਹੋਣਾ ਚਾਹੀਦਾ, ਤੁਸੀਂ ਉਸੇ ਨੂੰ ਲੈ ਕੇ ਆਪਾਂ ਅੱਗੇ ਪੜ੍ਹ ਸਕਦੇ ਹਾਂ। ਇੱਦਾਂ ਦੀਆਂ ਪੜ੍ਹਾਈਆਂ ਹੈਗੀਆਂ, ਬਾਹਰ ਕੋਚਿੰਗ ਦਾ ਕੋਚ ਬਣ ਸਕਦੇ ਹੋ ਤੁਸੀਂ, ਉਹਦੇ ਵਿੱਚ ਅਗਰ ਸਾਇੰਸ ਦਾ ਸਟੂਡੈਂਟ ਹੈ ਤਾਂ ਫਿਜ਼ੀਓਥੈਰੇਪਿਸਟ ਵਾਸਤੇ ਜਾ ਸਕਦੇ ਹੋ। ਯਾਨੀ ਕਿ ਜਿਹੜਾ ਬੰਦੇ ਦਾ ਖੇਡਾਂ ਕਰਕੇ ਵੀ ਗੈਪ ਪੈ ਗਿਆ, ਜਿਹੜਾ ਸੀਰੀਅਸ ਨਹੀਂ ਸੀ, ਉਹ ਵੀ ਸਪੋਰਟਸ ਐਂਡ ਐਕਸਰਸਾਈਜ਼ ਦੇ ਬੜੇ ਕੋਰਸਿਸ ਹੈ, ਕਿਉਂਕਿ ਹਰ ਗੇਮ ਦੇ ਵਿੱਚ ਐਕਸਰਸਾਈਜ਼। ਜਿਹੜੇ ਲੋਕ ਖੇਡਾਂ ਦੇ ਵਿੱਚ ਸੀਗੇ ਜਾਂ ਜਿਹੜੇ ਲੋਕਾਂ ਦੇ ਗੈਪ ਸੀਗਾ, ਹੁਣ ਇੱਕ ਵੱਖਰੀ ਤਰ੍ਹਾਂ ਦਾ ਗੈਪ ਹੈ, ਸੁੱਖ ਦੁੱਖ ਹਰ ਜ਼ਿੰਦਗੀ 'ਚ। ਬਿਲਕੁਲ, ਕੋਈ ਬੱਚਾ ਜਾ ਰਿਹਾ ਸੀ, ਉਹਦਾ ਐਕਸੀਡੈਂਟ ਹੋ ਗਿਆ, ਬਿਲਕੁਲ ਜੀ, ਮਾਤਾ ਦਾ ਐਕਸੀਡੈਂਟ ਹੋ ਗਿਆ, ਬਜ਼ੁਰਗ ਠੀਕ ਨਹੀਂ ਸੀਗੇ, ਘਰ ਦੇ ਵਿੱਚ ਬਿਮਾਰੀ ਆ ਗਈ, 2-4 ਸਾਲ ਲੱਗ ਟੁੱਟ ਗਿਆ, ਉੱਠਦਿਆਂ ਹੀ 5 ਸਾਲ ਲੱਗ ਗਏ। ਬਿਲਕੁਲ, ਕੀ ਜਿਹੜੇ ਬੱਚੇ ਦਾ ਪੜ੍ਹਾਈ ਦੇ ਵਿੱਚ ਗੈਪ ਪੈ ਗਿਆ ਮੈਡੀਕਲ ਇਸ਼ੂ ਕਰਕੇ, ਉਹ ਵੀ ਬੱਚਾ ਕੈਨੇਡਾ ਜਾ ਸਕਦਾ? ਇਹਦੇ ਵਿੱਚ 2 ਚੀਜ਼ਾਂ ਹੈ, ਮੈਡੀਕਲ ਟਰਮਸ ਇਹ ਕਹਿੰਦੀ ਆ ਕਿ ਬੱਚਾ ਅਗਰ ਜਿਹੜਾ ਫਿਜ਼ੀਕਲੀ ਕਿੰਨਾ ਫਿੱਟ ਹੈਗਾ, ਮਤਲਬ ਉਹ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ, ਜਾਂ ਦੂਸਰੀ ਚੀਜ਼ ਇਹ ਹੈ ਕਿ ਬੱਚੇ ਨੂੰ ਐਪੀਡੈਮਿਕ ਮਤਲਬ ਫੈਲਣ ਵਾਲੀ ਕੋਈ ਬਿਮਾਰੀ ਤਾਂ ਨਹੀਂ, ਲਾਈਕ ਟੀਵੀ ਜਾਂ ਕੁਛ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਫੈਲਦੀ ਹੋਵੇ, ਜਿਹੜੀ ਉਸ ਬਾਰਡਰ ਨੂੰ ਕ੍ਰੋਸ ਕਰਦੇ ਹੋਏ, ਉਹ ਕੰਪਲੀਕੇਸ਼ਨਸ ਹੈ ਕਿ ਉਹਨਾਂ ਦੇ ਕੁਝ ਰੂਲਸ ਹੈ। ਮੈਡੀਕਲ ਤੌਰ 'ਤੇ ਬੰਦਾ ਫਿੱਟ ਨਹੀਂ ਸੀਗਾ, ਅੱਜ 5 ਸਾਲਾਂ 'ਚੋਂ ਫਿੱਟ ਹੋ ਗਿਆ, ਅਤੇ ਉਹਦਾ ਮਤਲਬ ਕਿ ਹੁਣ ਉਹ ਵੀ ਕੈਨੇਡਾ ਜਾ ਸਕਦਾ। ਚਲੋ ਦਰਸ਼ਕੋ, ਬਹੁਤ ਧੰਨਵਾਦ ਕਰਦੇ ਹਾਂ ਰਵਿੰਦਰ ਜੀ ਦਾ, ਜਿਹੜਾ ਸਾਨੂੰ ਅੱਜ ਗੈਪ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਦਿੱਤੀ। ਰਵਿੰਦਰ ਜੀ, ਜਾਂਦੇ ਜਾਂਦੇ ਆਈਲਸ ਦੀ ਕੀ ਰਿਕੁਆਇਰਮੈਂਟ ਹੈ ਔਰ ਅਕੈਡਮਿਕਲੀ ਕਿੰਨੇ ਪਰਸੈਂਟ ਮੇ ਮਾਰਕਸ? ਦੇਖੋ, ਜਿਹੜਾ ਵੀ ਬੱਚਾ ਗੈਪ ਹੋਗਾ ਨਾ, ਗੈਪ ਦੇ ਵਿੱਚ ਆਈਲਸ ਦੇ ਬੈਂਡ ਅਗਰ ਆਪਾਂ ਗ੍ਰੈਜੂਏਸ਼ਨ ਬੇਸ 'ਤੇ ਲੈਂਦੇ ਹਾਂ ਤਾਂ 6.5 ਬੈਂਡ, ਨੋਟ ਲੈਸ ਦੈਨ 6 ਇਨ ਈਚ ਮੋਡਿਊਲ, ਠੀਕ ਹੈ ਜੀ। ਅਗਰ ਆਪਾਂ ਡਿਪਲੋਮਾ ਜਾਂ ਕੁਛ ਪਲੱਸ ਟੂ ਦੇ ਬੇਸ 'ਤੇ ਲਾਉਂਦੇ ਹਾਂ ਤਾਂ 6 ਬੈਂਡ ਔਰ ਨੋਟ ਲੈਸ ਦੈਨ 6 ਬੈਂਡ ਅਤੇ 6.5 ਬੈਂਡ। ਦਰਸ਼ਕੋ, ਜੇਕਰ 12ਵੀਂ ਪਾਸ ਜੇ ਬੱਚਾ ਤੁਹਾਡਾ ਤਾਂ 6 ਬੈਂਡ ਚਾਹੀਦੇ ਨੇ, ਜੇਕਰ ਤੁਸੀਂ 6 ਬੈਂਡ ਦਾ ਫਾਈਲ ਲਾਉਂਦੇ ਹੋ ਤਾਂ ਅਕਸਰ ਵੀਜ਼ਾ ਲੱਗ ਜਾਂਦਾ। ਅਤੇ ਪਰਸੈਂਟੇਜ ਕਿੰਨੀ ਕੁ ਚਾਹੀਦੀ? ਪਰਸੈਂਟੇਜ ਮੋਰਓਵਰ ਜਿਹੜਾ ਆਪਾਂ ਇੱਕ ਐਗਰੀਗੇਟ ਲੈ ਕੇ ਚੱਲਦੇ ਹਾਂ ਤਾਂ 60 ਤੋਂ ਘੱਟ ਕਿਸੇ 'ਤੇ 60% ਤੁਹਾਡੇ ਨੰਬਰ ਹੋਣੇ ਚਾਹੀਦੇ ਆ 5 ਤੋਂ 7 ਸਾਲ ਦੇ ਗੈਪ ਦੇ ਨਾਲ ਵੀ। ਅੱਜ ਤੁਹਾਨੂੰ ਖੁੱਲ੍ਹਾ ਸੱਦਾ ਵਾ, ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਤੁਹਾਨੂੰ ਨੰਬਰ ਸਕਰੀਨ 'ਤੇ ਫਲੈਸ਼ ਹੋ ਰਹੇ, ਇਹਨਾਂ ਨੰਬਰਾਂ 'ਤੇ ਕਾਲ ਕਰਕੇ ਮੈਨੂੰ ਜਾਂ ਰਵਿੰਦਰ ਜੀ ਨੂੰ ਮਿਲ ਸਕਦੇ ਹੋ। ਅਤੇ ਬਹੁਤ ਥੈਂਕਸ ਰਵਿੰਦਰ ਜੀ ਤੁਹਾਡਾ, ਧੰਨਵਾਦ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਬੈਠੇ। ਅੱਜ ਦੇ ਦਿਨ ਲਈ ਇੱਥੇ ਹੀ ਇਜਾਜ਼ਤ ਲਵਾਂਗਾ, ਇੱਕ ਵਾਰ ਦੁਬਾਰਾ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਇੱਕ ਨਵੇਂ ਵਿਸ਼ੇ 'ਤੇ। ਧੰਨਵਾਦ। ਲਓ ਜੀ, ਦੇਖੋ ਮੇਰੇ ਜਾਦੂ ਦਾ ਅਗਲਾ ਕਮਾਲ। ਚੰਡੀਗੜ੍ਹ, ਕੰਟੈਕਟ 0181 50 44 999।